ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਪਿਆਰੇ ਵਿਦਿਆਰਥੀਆਂ ਨੂੰ ਅਤੇ ਅਧਿਆਪਕ ਸਹਿਬਾਨ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੇਟੇ, ਐਜੂਸੈੱਟ ਦੇ ਥਰੂ ਜੋ ਅਸੀਂ ਤੁਹਾਨੂੰ ਤਿਆਰੀ ਕਰਵਾ ਰਹੇ ਹਾਂ, ਅੱਜ ਤੁਹਾਡਾ 10+2 ਦਾ ਲਾਸਟ ਲੈਕਚਰ ਹੈ, ਕਿਉਂਕਿ ਅਗਲੇ ਬੁੱਧਵਾਰ ਛੁੱਟੀ ਆ ਗਈ ਹੈ। ਸੋ ਇਹ ਲੈਕਚਰ ਸਾਡੇ ਲਈ ਅੱਜ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਟੈਕਨੀਕਲ ਪ੍ਰੋਬਲਮ ਕਰਕੇ ਕੁਛ 2 ਮਿੰਟ ਲੇਟ ਵੀ ਹੋ ਗਿਆ ਹੈ। ਸੋ ਅਸੀਂ ਬਹੁਤ ਜਲਦੀ ਦੇ ਨਾਲ ਪੇਪਰ ਦੀ ਤਿਆਰੀ ਕਰਾਂਗੇ, ਪੇਪਰ ਦਾ ਪੈਟਰਨ ਦੇਖਾਂਗੇ, ਪੇਪਰ ਦੇ ਤੁਹਾਡੇ ਬਿਲਕੁਲ ਨੇੜੇ ਤੁਹਾਡਾ ਪੇਪਰ ਆ ਗਿਆ, ਪੇਪਰ ਦੌਰਾਨ ਕਿਹੜੀਆਂ ਗੱਲਾਂ ਨੂੰ ਆਪਾਂ ਨੇ ਧਿਆਨ 'ਚ ਰੱਖਣਾ, ਇਹ ਵੀ ਅੱਜ ਅਸੀਂ ਕਰਾਂਗੇ। ਪਲੀਜ਼ ਤੁਸੀਂ ਇੰਪੋਰਟੈਂਟ ਗੱਲਾਂ ਨੋਟ ਕਰਦੇ ਜਾਣਾ, ਕੰਨ ਆਪਣੇ ਖੁੱਲ੍ਹੇ ਰੱਖਣਾ, ਸੁਣਦੇ ਨਾਲ ਨਾਲ ਸੁਣਦੇ ਅਤੇ ਨਾਲ ਲਿਖਦੇ ਜਾਣਾ। ਸੋ ਅਸੀਂ ਸਭ ਤੋਂ ਪਹਿਲਾਂ ਅੱਜ ਅਸੀਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਹੇ ਹਾਂ। ਸੋ ਆਓ ਕਰੀਏ ਆਪਣਾ ਪੇਪਰ ਹੱਲ। ਬੇਟੇ, ਜਦੋਂ ਤੁਹਾਡੇ ਸਾਹਮਣੇ ਤੁਹਾਡਾ ਕੁਐਸਚਨ ਪੇਪਰ ਆਏਗਾ ਤਾਂ ਤੁਸੀਂ ਯਾਦ ਰੱਖਣਾ ਹੈ, ਤੁਹਾਡਾ 90 ਅੰਕ ਦਾ ਪੇਪਰ ਹੋਏਗਾ। 90 ਅੰਕ ਦੇ ਪੇਪਰ ਨੂੰ ਤੁਸੀਂ ਪਹਿਲਾਂ ਆਪਣੇ ਪ੍ਰਸ਼ਨ ਪੱਤਰ ਨੂੰ, ਕਿਉਂਕਿ 15 ਮਿੰਟ ਪਹਿਲਾਂ ਤੁਹਾਨੂੰ ਪ੍ਰਸ਼ਨ ਪੱਤਰ ਦੇਣਾ ਹੈ, ਪਹਿਲਾਂ ਆਪਣੇ ਪ੍ਰਸ਼ਨ ਪੱਤਰ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ, ਹਿਦਾਇਤਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ। ਅਧਿਆਪਕ ਸਹਿਬਾਨ ਹੋ ਸਕਦਾ ਹੈ ਤਾਂ ਹਿਦਾਇਤਾਂ ਪਹਿਲਾਂ ਹੀ ਬੱਚਿਆਂ ਨੂੰ ਦੱਸ ਦਿੱਤੀਆਂ ਜਾਣ। ਕਿਸੇ ਪ੍ਰਸ਼ਨ ਦਾ ਉੱਤਰ ਕਿੰਨੀਆਂ ਲਾਈਨਾਂ ਜਾਂ ਕਿੰਨੇ ਅੱਖਰਾਂ ਵਿੱਚ ਦੇਣਾ ਹੈ, ਇਸ ਗੱਲ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਇਸ ਗੱਲ ਦੇ ਉੱਤੇ ਮੈਂ ਜ਼ੋਰ ਤਾਂ ਦੇਣਾ ਚਾਹਾਂਗੀ ਕਿ ਕੁਛ ਇੰਟੈਲੀਜੈਂਟ ਬੱਚੇ ਛੋਟਾ ਉੱਤਰ ਵੀ ਬਹੁਤ ਵੱਡਾ ਲਿਖ ਜਾਂਦੇ ਨੇ ਅਤੇ ਕੁਛ ਬੱਚੇ ਵੱਡੇ ਉੱਤਰ ਨੂੰ ਵੀ ਬਹੁਤ ਛੋਟਾ ਲਿਖ ਜਾਂਦੇ ਨੇ। ਸੋ ਕੁਐਸਚਨ ਦੀ ਜੋ ਲੈਂਥ ਹੈ ਕਿ ਕਿੰਨੀਆਂ ਲਾਈਨਾਂ ਪੁੱਛੀਆਂ ਗਈਆਂ ਹਨ ਜਾਂ ਕਿੰਨੇ ਸ਼ਬਦਾਂ ਵਿੱਚ ਉੱਤਰ ਪੁੱਛਿਆ ਗਿਆ ਹੈ, ਬੱਚੇ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ, ਕਿਉਂਕਿ ਇੰਟੈਲੀਜੈਂਟ ਬੱਚਿਆਂ ਲਈ ਇਹ ਹੈ ਕਿ ਉਹਨਾਂ ਦਾ ਕਈ ਵਾਰੀ ਕੀ ਹੁੰਦਾ ਹੈ, ਵੱਡੇ ਕੁਐਸਚਨਸ ਦੇ ਲਈ ਸਮਾਂ ਨਹੀਂ ਬਚਦਾ। ਸੋ ਤੁਸੀਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਕਿ ਛੋਟੇ ਉੱਤਰ ਹੀ ਤੁਸੀਂ ਇੰਨੇ ਵੱਡੇ ਕਰ ਜਾਓ ਕਿ ਵੱਡੇ ਉੱਤਰਾਂ ਲਈ ਤੁਹਾਡੇ ਕੋਲ ਸਮਾਂ ਨਾ ਰਹੇ। ਸੋ ਸਮੇਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ। ਅਗਲੀ ਗੱਲ ਜੋ ਮੈਂ ਇੰਪੋਰਟੈਂਟ ਕਹਿਣਾ ਚਾਹੁੰਦੀ ਹਾਂ ਕਿ ਪ੍ਰਸ਼ਨ ਪੱਤਰ ਦੇ ਵਿੱਚ ਤੁਸੀਂ ਉਹੀ ਨੰਬਰ ਪਾਉਣਾ ਹੈ ਉੱਤਰ ਦੇ ਆਪਣੀ ਆਨਸਰ ਸ਼ੀਟ ਵਿੱਚ ਜੋ ਤੁਹਾਡਾ ਪ੍ਰਸ਼ਨ ਪੱਤਰ ਵਿੱਚ ਨੰਬਰ ਹੈ। ਮੇਰੇ ਕਹਿਣ ਤੋਂ ਭਾਵ ਹੋ ਸਕਦਾ ਹੈ ਬੇਟੇ ਇਸ ਵਾਰੀ A, B, C 3 ਅਲੱਗ ਤਰ੍ਹਾਂ ਦੇ ਪੇਪਰ ਆਉਣ। ਇਹ ਵੀ ਪੋਸੀਬਲ ਹੈ ਕਿ ਪੇਪਰ ਇੱਕ ਹੀ ਹੋਵੇ, ਕੁਐਸਚਨ ਰੀਸ਼ਫਲ ਕੀਤੇ ਹੋਣ। ਰੀਸ਼ਫਲ ਮੈਨੇ ਉਹੀ ਕੁਐਸਚਨ ਕਿਸੇ 'ਚ ਚੌਥਾ ਹੋਵੇ, ਕਿਸੇ 'ਚ 7ਵਾਂ ਹੋਵੇ, ਕਿਸੇ 'ਚ 23ਵਾਂ ਹੋਵੇ। CBSE ਪੈਟਰਨ ਦੇ ਅਕੋਰਡਿੰਗ ਪੇਪਰ ਇੱਕ ਪਰ ਕੁਐਸਚਨ ਰੀਸ਼ਫਲ ਵੀ ਕੀਤੇ ਜਾ ਸਕਦੇ ਹਨ ਅਤੇ A, B, C ਅਲੱਗ ਅਲੱਗ ਪੇਪਰ ਵੀ ਆ ਸਕਦੇ ਹਨ। ਸੋ ਅਧਿਆਪਕ ਸਹਿਬਾਨ, ਪਲੀਜ਼ ਬੱਚਿਆਂ ਨੂੰ ਇਸ ਗੱਲ ਦੇ ਲਈ ਮੈਂਟਲੀ ਪ੍ਰਿਪੇਅਰ ਕਰਾਉਣ ਕਿ ਇਸ ਵਾਰੀ ਪੇਪਰ ਦਾ ਪੈਟਰਨ ਹਜੇ ਕਲੀਅਰ ਨਹੀਂ ਹੈ, ਕਿਸੇ ਵੀ ਤਰ੍ਹਾਂ ਦਾ ਪੈਟਰਨ ਆ ਸਕਦਾ ਹੈ। ਸੋ ਬੱਚੇ, ਮੈਂ ਤੁਹਾਨੂੰ ਜ਼ਰੂਰ ਇੰਨੀ ਗੱਲ ਦੱਸਣਾ ਚਾਹਾਂਗੀ ਕਿ ਤੁਸੀਂ ਆਪਣੇ ਆਨਸਰ ਸ਼ੀਟ ਦੇ ਵਿੱਚ, ਮੰਨ ਲਓ ਤੁਸੀਂ ਪਹਿਲਾ, ਦੂਜਾ, ਤੀਜਾ ਪ੍ਰਸ਼ਨ ਤੁਹਾਨੂੰ ਨਹੀਂ ਆਉਂਦਾ, ਤੁਸੀਂ ਚੌਥਾ ਪ੍ਰਸ਼ਨ ਕਰ ਰਹੇ ਹੋ, ਤਾਂ ਤੁਸੀਂ ਕਈ ਵਾਰੀ ਕੀ ਕਰਦੇ ਹੋ, ਨੰਬਰ ਪਾ ਦਿੰਦੇ ਹੋ 1। ਤੁਸੀਂ ਪਹਿਲੇ ਨੰਬਰ 'ਤੇ ਕਰ ਰਹੇ ਹੋ, ਨੰਬਰ 1 ਪਾ ਦਿੰਦੇ ਹੋ, ਜਦੋਂ ਕਿ ਪ੍ਰਸ਼ਨ ਤੁਸੀਂ ਅਟੈਂਪਟ ਕਰ ਰਹੇ ਹੋ ਚੌਥਾ। ਸੋ ਇਸ ਗੱਲ ਦਾ ਪਲੀਜ਼ ਤੁਸੀਂ ਧਿਆਨ ਰੱਖਣਾ ਹੈ, ਜਿਹੜਾ ਨੰਬਰ ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਹੈ ਤੁਸੀਂ ਆਨਸਰ ਸ਼ੀਟ ਦੇ ਵਿੱਚ ਉਹੀ ਨੰਬਰ ਪਾਉਣਾ ਹੈ। ਅਗਲੀ ਗੱਲ ਜੋ ਵੈਰੀ ਇੰਪੋਰਟੈਂਟ ਗੱਲ ਹੈ, ਕੋਸ਼ਿਸ਼ ਕਰੋ ਪਹਿਲੇ 1 ਅੰਕ ਦੇ ਪ੍ਰਸ਼ਨ ਕਰੋ, ਫਿਰ 2 ਦੇ ਕਰੋ, ਫਿਰ 4 ਦੇ ਕਰੋ, ਫਿਰ 6 ਦੇ ਕਰੋ, ਪਰ 1 ਅੰਕ ਦੇ ਪ੍ਰਸ਼ਨ ਜਦ ਤੁਸੀਂ ਕਰ ਰਹੇ ਹੋ ਉੱਪਰ ਵੱਡਾ ਸਾਰਾ ਹੈਡਿੰਗ ਦਿਓ 1 ਅੰਕ ਵਾਲੇ ਪ੍ਰਸ਼ਨ। 2 ਵਾਰੇ ਕਰ ਰਹੇ ਹੋ, ਇੱਕੋ ਵਾਰੀ, ਸਿਰਫ 1 ਵਾਰੀ ਵੱਡਾ ਸਾਰਾ ਲਿਖ ਦਿਓ 2 ਅੰਕਾਂ ਵਾਲੇ ਪ੍ਰਸ਼ਨ। ਸਮਾਂ ਨਹੀਂ ਵੇਸਟ ਕਰਨਾ ਆਪਾਂ, ਹਰ ਪ੍ਰਸ਼ਨ 'ਤੇ ਨਹੀਂ ਲਿਖਣਾ। 4 ਅੰਕ ਦਾ 4 ਅੰਕ ਵਾਲੇ ਪ੍ਰਸ਼ਨ, ਪਰ ਇਨ ਕੇਸ ਤੁਸੀਂ 1 ਅੰਕ ਦੇ ਪ੍ਰਸ਼ਨ ਕਰ ਲਏ, 2 ਦੇ ਕਰ ਲਏ, ਜਾਂ ਤੁਹਾਨੂੰ ਵਿੱਚ ਵਿਚਾਲੇ ਕੋਈ ਕੁਐਸਚਨ ਯਾਦ ਆ ਗਿਆ, ਕੋਈ ਤੁਹਾਨੂੰ ਆਨਸਰ ਯਾਦ ਆ ਗਿਆ, ਤਾਂ ਜਦੋਂ ਤੁਸੀਂ ਉਹ ਕੁਐਸਚਨ ਅਟੈਂਪਟ ਕਰਨਾ ਹੈ, ਮੇਰੀ ਵਾਰ ਵਾਰ ਰਿਕੁਐਸਟ ਹੈ ਕਿ ਤੁਸੀਂ ਉਸ ਕੁਐਸਚਨ ਦਾ ਨੰਬਰ ਉਹੀ ਪਾਉਣਾ ਹੈ ਜਿਹੜਾ ਤੁਹਾਡੇ ਪ੍ਰਸ਼ਨ ਪੱਤਰ ਦੇ ਵਿੱਚ ਹੋਵੇ। ਤੁਸੀਂ ਆਪਣੇ ਕੋਲੋਂ, ਇਹ ਨਹੀਂ ਕਿ 24ਵਾਂ ਕੁਐਸਚਨ ਤੋਂ ਬਾਅਦ ਮੰਨ ਲਓ ਤੁਹਾਨੂੰ 7ਵੇਂ ਦਾ ਉੱਤਰ ਯਾਦ ਆ ਗਿਆ, ਤਾਂ ਤੁਸੀਂ ਕੀ ਕਰਦੇ ਹੋ, ਉਹਦਾ ਨੰਬਰ ਪਾ ਦਿੰਦੇ ਹੋ 25, ਜਦੋਂ ਕਿ 25ਵਾਂ ਕੁਐਸਚਨ ਹੋ ਸਕਦਾ 4 ਅੰਕ ਦਾ ਹੋਵੇ। ਇਸ ਕਰਕੇ ਬੱਚੇ, ਕੁਐਸਚਨ ਪੇਪਰ ਦੇ ਵਿੱਚ ਜੋ ਨੰਬਰ ਹੈ ਉਹੀ ਨੰਬਰ ਤੁਸੀਂ ਆਪਣੀ ਆਨਸਰ ਸ਼ੀਟ ਦੇ ਵਿੱਚ ਪਾਉਣਾ ਹੈ। ਕੋਸ਼ਿਸ਼ ਕਰਨੀ ਹੈ ਕਿ A, B, C, D ਭਾਗ ਦੇ ਜੋ ਨੰਬਰਿੰਗ ਦਿੱਤੀ ਹੋਈ ਹੈ ਉਹਦੇ ਅਕੋਰਡਿੰਗ ਹੀ ਤੁਸੀਂ ਆਪਣਾ ਪੇਪਰ ਕਰੋ। ਮੈਂ ਤੁਹਾਨੂੰ ਵਾਰ ਵਾਰ ਦੱਸ ਰਹੀ ਹਾਂ ਕਿ ਕੋਸ਼ਿਸ਼ ਕਰਨੀ ਹੈ ਅਲੱਗ ਅਲੱਗ ਕਰਨਾ, ਉੱਤਰ ਦੇਣ ਤੋਂ ਪਹਿਲਾਂ ਸੋਚਣਾ ਹੈ, ਉੱਤਰ ਨੂੰ ਸੰਖੇਪ ਕਰਨਾ ਹੈ, ਛੋਟਾ ਕਰਨਾ ਹੈ, ਫਿਰ ਉੱਤਰ ਨੂੰ ਲਿਖਣਾ ਹੈ। ਬਹੁਤ ਇੰਪੋਰਟੈਂਟ ਇੱਕ ਮੈਂ ਗੱਲ ਕਰ ਰਹੀ ਹਾਂ, ਇੰਪੋਰਟੈਂਟ ਕੁਐਸਚਨਸ ਦੀ ਮੈਂ ਗੱਲ ਕਰਾਂਗੀ ਜਲਦੀ ਕਿ ਬੱਚੇ, ਤੁਸੀਂ 1 ਨੰਬਰ ਦਾ ਕੁਐਸਚਨ ਆ ਜਾਂਦਾ, ਦੇਖੋ ਤੁਹਾਨੂੰ 1 ਨੰਬਰ 'ਚ ਪੁੱਛ ਸਕਦੇ ਹੈ ਰਾਜਨੀਤਿਕ ਦਾ ਕੀ ਅਰਥ ਹੈ, ਇਹੀ ਕੁਐਸਚਨ ਤੁਹਾਨੂੰ 2 ਨੰਬਰ 'ਚ ਪੁੱਛ ਸਕਦੇ ਹੈ ਰਾਜਨੀਤਿਕ ਦਾ ਕੀ ਅਰਥ ਹੈ, ਤੁਹਾਨੂੰ 1 ਨੰਬਰ 'ਚ ਪੁੱਛਿਆ ਜਾ ਸਕਦਾ ਹੈ ਪ੍ਰਣਾਲੀ ਕਿਸ ਨੂੰ ਕਹਿੰਦੇ ਹਨ,
ਤੁਸੀਂ ਇੱਕ ਦੋ ਨੰਬਰ 'ਚ ਵੀ ਇਹੀ ਕੁਐਸਚਨ ਆ ਸਕਦਾ ਪ੍ਰਣਾਲੀ ਕਿਸ ਨੂੰ ਕਹਿੰਦੇ ਹਨ, ਚਾਰ ਨੰਬਰ 'ਚ ਵੀ ਇਹੀ ਕੁਐਸਚਨ ਆ ਸਕਦਾ ਬੇਟੇ ਪ੍ਰਣਾਲੀ ਕਿਸ ਨੂੰ ਕਹਿੰਦੇ ਹਨ। ਦੇਖੋ ਮੈਂ ਆਪਣੀ ਕਲਾਸ ਦੇ ਵਿੱਚ ਵੀ ਬੱਚਿਆਂ ਨੂੰ ਹਮੇਸ਼ਾ ਇਹ ਗੱਲ ਕਹਿੰਦੀ ਹਾਂ, ਪੇਪਰ ਪਾਉਣ ਵਾਲੇ ਦੀ ਮਰਜ਼ੀ ਹੈ ਕਿ ਉਹ ਕੁਐਸਚਨ ਕਿਵੇਂ ਦਾ ਪਾਵੇ। ਕਈ ਵਾਰੀ ਸਾਨੂੰ ਵੀ ਫੀਲ ਹੁੰਦਾ ਹੈ ਪੇਪਰ ਦੇਖਣ ਤੋਂ ਬਾਅਦ ਕਿ ਇਹ ਕੁਐਸਚਨ ਦੋ ਨੰਬਰ 'ਚ ਤਾਂ ਨਹੀਂ ਸੀ ਆਉਣਾ ਚਾਹੀਦਾ, ਬਹੁਤ ਵੱਡਾ ਉੱਤਰ ਹੈ। ਇਹ ਕੁਐਸਚਨ ਇੱਕ ਨੰਬਰ 'ਚ ਤਾਂ ਨਹੀਂ ਸੀ ਆਉਣਾ ਚਾਹੀਦਾ, ਬਹੁਤ ਵੱਡਾ ਉੱਤਰ ਹੈ। ਪਰ ਜਦੋਂ ਕੁਐਸਚਨ ਪੇਪਰ ਪਾਉਣ ਵਾਲਾ ਪੇਪਰ ਵਿੱਚ ਕੁਐਸਚਨ ਪਾ ਰਿਹਾ ਹੈ ਤਾਂ ਬੱਚੇ ਕੁਛ ਇੱਕ ਕੁਐਸਚਨ ਤੁਹਾਡੇ ਅਜਿਹੇ ਜ਼ਰੂਰ ਹੋਣਗੇ ਜਿਹੜੇ ਕਿ ਤੁਹਾਨੂੰ ਲੱਗੇਗਾ ਕਿ ਇੱਕ ਨੰਬਰ 'ਚ ਐਡੀ ਵੱਡੀ ਗੱਲ ਕਿਵੇਂ ਲਿਖਾਂ, ਦੋ ਨੰਬਰ 'ਚ ਮੈਂ ਇੰਨੇ ਪੁਆਇੰਟ ਕਿਵੇਂ ਲਿਖਾਂ। ਸੋ ਤੁਸੀਂ ਉੱਥੇ ਆਪਣਾ ਸਮਾਂ ਵਿਅਰਥ ਨਹੀਂ ਕਰਨਾ, ਕੋਸ਼ਿਸ਼ ਕਰਨੀ ਹੈ ਇੱਕ ਅੰਕ ਦੇ ਕੁਐਸਚਨ ਨੂੰ ਇੱਕ ਜੋਗਾ ਲਿਖਣਾ ਹੈ, ਦੋ ਨੂੰ ਦੋ ਦੇ ਟਾਈਪ ਦਾ, ਚਾਰ ਨੂੰ ਮੈਂ ਅੱਗੇ ਦੱਸਾਂਗੀ ਤੁਹਾਡੀ ਅਗਲੀ ਸਲਾਈਡਸ ਦੇ ਉੱਤੇ ਆਏਗਾ ਕਿ ਇੱਕ ਅੰਕ ਦਾ ਪ੍ਰਸ਼ਨ ਅਸੀਂ ਕਿੰਨਾ ਕੁ ਲਿਖਣਾ ਹੈ, ਦੋ ਦਾ ਅਸੀਂ ਕਿੰਨਾ ਲਿਖਣਾ ਹੈ, ਚਾਰ ਦਾ ਅਸੀਂ ਕਿੰਨਾ ਲਿਖਣਾ ਹੈ। ਅਗਲੀ ਗੱਲ ਮੈਂ ਵਿੱਚ ਭੁੱਲ ਜਾਣਾ, ਵਿੱਚ ਪੁਆਇੰਟਸ ਮੈਂ ਦੱਸਦੀ ਜਾ ਰਹੀ ਹਾਂ, ਅੱਜ ਮੇਰੇ ਕੋਲ ਸਮਾਂ ਘੱਟ ਹੈ। ਇੱਕ ਗੱਲ ਬੇਟੇ, ਅਧਿਆਪਕ ਸਾਹਿਬਾਨ ਸਾਰੇ ਪੰਜਾਬ ਦੇ ਬੈਠੇ ਨੇ, ਸਟੂਡੈਂਟਸ ਬੈਠੇ ਨੇ, ਮੇਰੀ ਇੱਕੋ ਇੱਕ ਰਿਕੁਐਸਟ ਹੈ ਜਾਂ ਸਲਾਹ ਕਹਿ ਲਓ, ਕਿਸੇ ਬੱਚੇ ਨੇ ਵੀ 6 ਅੰਕ ਦਾ ਕੁਐਸਚਨ ਨਹੀਂ ਛੱਡਣਾ। ਤੁਹਾਨੂੰ ਜਿਹੜੇ ਤੁਸੀਂ ਪਾਸ ਹੋਵੋਗੇ ਨਾ, ਮੇਰੀ ਗੱਲ ਯਾਦ ਰੱਖਣਾ, ਜਿਹੜੇ ਤੁਸੀਂ ਪਾਸ ਹੋਵੋਗੇ ਉਹ ਤੁਸੀਂ ਪਾਸ ਹੋਣਾ ਹੀ 4 ਅੰਕ ਅਤੇ 6 ਅੰਕ ਦੇ ਵਿੱਚੋਂ ਹੈ। ਰੀਜ਼ਨ, ਉਹਦਾ ਕਾਰਨ ਕੀ ਹੈ ਕਿ ਇੱਕ ਅੰਕ ਦਾ ਕੁਐਸਚਨ ਠੀਕ ਹੋ ਗਿਆ ਤਾਂ ਇੱਕ ਅੰਕ, ਗਲਤ ਹੋ ਗਿਆ ਤਾਂ ਘਾਟਾ, 2 ਅੰਕ ਦੇ ਕੁਐਸਚਨ 'ਚ ਬਿਲਕੁਲ ਠੀਕ ਹੋ ਗਿਆ ਤਾਂ 2.5, ਗਲਤ ਹੋ ਗਿਆ ਤਾਂ ਘਾਟਾ। ਪਰ ਜਦੋਂ ਤੁਸੀਂ 4 ਅੰਕ ਦਾ ਪ੍ਰਸ਼ਨ ਲਿਖ ਰਹੇ ਹੋ, 6 ਅੰਕ ਦਾ ਪ੍ਰਸ਼ਨ ਲਿਖ ਰਹੇ ਹੋ, ਉਹਦੇ 'ਚ ਜੇ ਤੁਸੀਂ 4 ਅੰਕ ਵਿੱਚ ਕੁਛ ਗਲਤ ਕੁਛ ਠੀਕ ਕੁਛ ਲਿਖਤਾ ਨਾ, ਤਾਂ ਵੀ ਅਗਲਾ ਸੋਚਦਾ ਵੀ ਦੇਖੋ ਬੱਚੇ ਨੇ ਲਿਖਿਆ ਤਾਂ ਹੋਇਆ, ਤਾਂ ਵੀ ਉਹ ਘੱਟ ਤੋਂ ਘੱਟ ਦੇਣ ਲੱਗੇ ਆ ਵੀ 4 ਵਿੱਚੋਂ 2 ਅੰਕ ਤੁਹਾਨੂੰ ਜ਼ਰੂਰ ਦੇ ਦੇਗਾ, ਬਹੁਤ ਅੱਛਾ ਲੱਗੇਗਾ, 3 ਵੀ ਦੇ ਦੇਗਾ, 3.5 ਵੀ ਦੇ ਦੇਗਾ। 6 ਅੰਕ ਦਾ ਪ੍ਰਸ਼ਨ ਮੇਰੀ ਵਾਰ ਵਾਰ ਰਿਕੁਐਸਟ ਹੈ, 6 ਅੰਕ ਦਾ ਪ੍ਰਸ਼ਨ ਬੱਚੇ ਕਿਸੇ ਨੇ ਛੱਡ ਕੇ ਨਹੀਂ ਆਉਣਾ। ਮੰਨ ਲਓ ਤੁਹਾਨੂੰ 6 ਅੰਕ ਦਾ ਪ੍ਰਸ਼ਨ ਆ ਜਾਂਦਾ, ਰਾਜਨੀਤਿਕ ਪ੍ਰਣਾਲੀ ਤੋਂ ਕੀ ਭਾਵ ਹੈ, ਨਿਵੇਸ਼ ਅਤੇ ਨਿਕਾਸ ਕਾਰਜ ਲਿਖੋ। ਵੈਸੇ ਐਡਾ ਲੰਬਾ ਉੱਤਰ ਨਹੀਂ ਆਏਗਾ, ਅਸੀਂ ਬੋਰਡ ਨੂੰ ਸਪੈਸ਼ਲ ਇੰਸਟਰਕਸ਼ਨਸ ਦਿੱਤੀਆਂ ਕਿ 6 ਅੰਕ ਦੇ ਵਿੱਚ ਬੱਚੇ ਨੂੰ ਉਨਾ ਕੀ ਪੁੱਛਿਆ ਜਾਵੇ ਜਿੰਨਾ ਕੁ ਬੱਚੇ ਨੂੰ ਲੋੜ ਹੈ। ਪਰ ਫਿਰ ਵੀ ਜੇ ਤੁਹਾਨੂੰ ਵੱਡਾ ਆ ਗਿਆ, ਤੁਹਾਨੂੰ ਰਾਜਨੀਤਿਕ ਪ੍ਰਣਾਲੀ ਦਾ ਅਰਥ ਆਉਂਦਾ, ਤੁਸੀਂ ਇਕੱਲਾ ਅਰਥ ਲਿਖ ਦਿਓ, ਜਲਦੀ ਜਲਦੀ ਅਰਥ ਲਿਖ ਕੇ, ਜੇ ਤੁਹਾਡੇ ਕੋਲ ਸਮਾਂ ਨਹੀਂ ਵੀ ਰਿਹਾ, ਨਿਵੇਸ਼ ਕਾਰਜ ਨਿਕਾਸ ਕਾਰਜਾਂ ਦੇ ਇਕੱਲੇ ਨਾਮ ਲਿਖ ਦਿਓ, ਇਕੱਲੇ ਨਾਮ ਲਿਖ ਦਿਓ ਬੇਟੇ। ਜੇ ਤੁਸੀਂ ਇੰਨਾ ਵੀ ਲਿਖਿਆ ਹੋਏਗਾ, ਅਰਥ ਲਿਖਿਆ ਹੋਏਗਾ, ਨਾਮ ਵੀ ਲਿਖੇ ਹੋਣਗੇ, ਅਗਲਾ ਕਹੇਗਾ 6 ਅੰਕ ਹੈਗੇ ਨੇ, 6 ਦੇ ਵਿੱਚੋਂ ਚੱਲ ਬੱਚੇ ਦੇ 3 ਤਾਂ ਬਣਦੇ ਹੀ ਬਣਦੇ ਆ। ਮੇਰੀ ਗੱਲ ਨੂੰ ਬਹੁਤ ਧਿਆਨ ਨਾਲ, ਮੈਂ ਵਾਰ ਵਾਰ ਇੱਕ ਪੰਜਾਬੀ 'ਚ ਕਹਿੰਦੀ ਹੁੰਦੀ ਹਾਂ ਕਿ ਕੁਐਸਚਨ ਆਪਾਂ ਨੇ ਭੁੰਜੇ ਹੀ ਨਹੀਂ ਡਿੱਗਣ ਦੇਣਾ, ਮੀਨਸ ਆਪਾਂ ਨੇ ਪੇਪਰ ਦੀ ਇੱਕੋ ਇੱਕ ਸਲਾਹ ਹੈ ਕਿ ਕੋਈ ਵੀ ਕੁਐਸਚਨ ਆਪਾਂ ਨੇ ਛੱਡ ਕੇ ਨਹੀਂ ਆਉਣਾ, ਆਪਣੇ ਸਮੇਂ ਦਾ ਧਿਆਨ ਰੱਖਣਾ ਹੈ। ਇੰਟੈਲੀਜੈਂਟ ਬੱਚੇ, ਖਾਸ ਤੌਰ 'ਤੇ ਕੁੜੀਆਂ, ਗਰਲ ਸਟੂਡੈਂਟਸ, ਕੁੜੀਆਂ, ਅਸੀਂ ਵੀ ਉਹਨਾਂ ਵਿੱਚੋਂ ਹੀ ਸੀ, ਕੁੜੀਆਂ ਬਹੁਤ ਲਿਖਦੀਆਂ ਨੇ, ਇੰਨਾ ਲਿਖਦੀਆਂ ਨੇ 2 ਨੰਬਰ ਦੇ ਵਿੱਚ, 4 ਨੰਬਰ 'ਚ ਕੁੜੀਆਂ ਨੇ ਐਡਾ ਲੰਬਾ ਉੱਤਰ ਲਿਖ ਦੇਣਾ ਵੀ 6 ਅੰਕਾਂ ਜੋਗਾ। ਬਾਹਰ ਆ ਕੇ ਕਹਿੰਦੀਆਂ ਨੇ, ਮੈਡਮ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਸੀ, ਸਾਨੂੰ ਆਉਂਦਾ ਸੀ। ਬੱਚੇ, ਆਪਣੇ ਕੁਐਸਚਨ ਦੀ ਲੈਂਥ ਨੂੰ ਸੰਖੇਪ ਕਰਨਾ ਸਿੱਖੋ, ਲਿਖ ਲਿਖ ਕੇ ਤਿਆਰੀ ਕਰਨੀ ਸਿੱਖੋ, ਅਤੇ ਆਪਣੇ ਸਮੇਂ ਦਾ ਧਿਆਨ ਰੱਖਣਾ। ਸੋ ਮੇਰੀ ਗੱਲ ਯਾਦ ਰੱਖਿਓ, 6 ਅੰਕਾਂ ਦੇ 4 ਕੁਐਸਚਨ ਆਉਣੇ ਨੇ, 6 × 24। ਜੇ ਤੁਸੀਂ ਥੋੜ੍ਹਾ ਵੀ ਲਿਖਿਆ, ਜੇ ਬੰਦਾ ਤੁਹਾਨੂੰ 3-3 ਨੰਬਰ ਵੀ ਦੇਣ ਲੱਗਿਆ, ਤਾਂ ਵੀ 3 × 12, ਮੇਰੀ ਗੱਲ ਯਾਦ ਰੱਖਣਾ, 3 × 12 ਸਿੱਧੇ ਆ ਜਾਣੇ ਨੇ। 4 ਅੰਕਾਂ ਵਾਲੇ 8 ਕੁਐਸਚਨ ਆਉਣੇ ਨੇ 32 ਨੰਬਰ ਦੇ, 32ਆਂ ਦੇ ਵਿੱਚੋਂ ਜੇ ਅਗਲਾ ਤੁਹਾਨੂੰ 2-2 ਵੀ ਦੇਣ ਲੱਗਿਆ, ਤਾਂ ਵੀ ਕਿੰਨੇ ਬਣ ਗਏ, 16, ਤਾਂ ਵੀ ਬੱਚੇ ਤੁਸੀਂ ਪਾਸ ਹੋ। ਸੋ 4 ਅੰਕ ਅਤੇ 6 ਅੰਕ ਇਸ ਤਰ੍ਹਾਂ ਦੇ ਕੁਐਸਚਨਸ ਨੇ ਜਿਹੜੇ ਕਿ ਤੁਸੀਂ ਅਟੈਂਪਟ ਕਰਨੇ ਹੀ ਕਰਨੇ ਨੇ, ਚਾਹੇ ਤੁਸੀਂ, ਤੁਹਾਨੂੰ ਕੁਐਸਚਨ ਆ ਗਿਆ ਵਿਦੇਸ਼ ਨੀਤੀ ਕਿਸ ਨੂੰ ਕਿਹਾ ਜਾਂਦਾ, ਭਾਰਤੀ ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ, ਨਹੀਂ ਸਮਾਂ ਤੁਹਾਨੂੰ ਲੱਗ ਰਿਹਾ, ਮੈਡਮ ਕਹਿ ਰਹੇ ਹਾਂ ਪੇਪਰ ਬੰਨੋ, ਤੁਹਾਡੇ ਕੋਲ ਟਾਈਮ ਹੀ ਨਹੀਂ ਹੈਗਾ ਲਿਖਣ ਦਾ, ਤੁਸੀਂ ਕੀ ਕਰਨਾ ਹੈ, ਜਲਦੀ ਭਾਰਤ ਜਾਂ ਕੋਈ ਵੀ ਦੇਸ਼ ਜਦੋਂ ਦੂਜੇ ਦੇਸ਼ਾਂ ਨਾਲ ਸੰਬੰਧ ਬਣਾਉਂਦਾ ਤਾਂ ਉਸਨੂੰ ਵਿਦੇਸ਼ ਨੀਤੀ ਕਿਹਾ ਜਾਂਦਾ, ਵਿਦੇਸ਼ ਨੀਤੀ ਬਸ ਤੱਤ, ਪੰਚਸ਼ੀਲ ਰਹੀ ਹੈ, ਗੁੱਟ ਰਲੇਪਤਾ, ਇਹ ਵੋ, ਇੱਕ ਸੈਕਿੰਡ ਦੇ ਵਿੱਚ ਬੱਚੇ ਤੁਸੀਂ ਪੁਆਇੰਟਸ ਲਿਖ ਦੇਣੇ ਹੈ, ਪਰ ਤੁਸੀਂ ਕੁਐਸਚਨ ਛੱਡ ਕੇ ਨਹੀਂ ਆਉਣਾ। ਇਹਦਾ ਮਤਲਬ ਇਹ ਨਾ ਸੋਚ ਲੈਣਾ ਕਿ ਮੈਡਮ ਹਰਮਿੰਦਰ ਕਹਿ ਰਹੇ ਆ ਅੱਜ ਸਿਰਫ ਪੁਆਇੰਟਸ ਲਿਖ ਕੇ ਆਉਣੇ, ਨਹੀਂ ਬੇਟੇ, ਮੈਂ ਅੱਗੇ ਤੁਹਾਨੂੰ ਸਮਾਂ ਦੱਸਾਂਗੀ, ਤੁਸੀਂ ਆਪਣੇ 4 ਕੁਐਸਚਨ ਦੇ ਲਈ, ਆਪਣੇ ਜੇ ਵੱਡੇ 4 ਕੁਐਸਚਨਸ ਦੇ ਲਈ ਤੁਸੀਂ 15-15 ਮਿੰਟ ਦੇਣੇ ਹਨ, ਪੂਰੇ ਵੱਡੇ ਲਿਖਣੇ ਹਨ, ਪਰ ਇਨ ਕੇਸ ਤੁਹਾਡੇ ਕੋਲ ਸਮਾਂ ਨਹੀਂ ਰਿਹਾ
ਤਾਂ ਤੁਸੀਂ ਪੁਆਇੰਟਸ ਲਿਖ ਦੇਣੇ, ਪਰਿਭਾਸ਼ਾ ਲਿਖ ਦੇਣੀ, ਅਰਥ ਲਿਖ ਦੇਣਾ, ਇੱਕ ਇੱਕ ਦੋ ਨੰਬਰ ਪਾ ਕੇ ਪੁਆਇੰਟ ਲਿਖ ਦੇਣੇ, ਪਰ ਤੁਸੀਂ ਕੁਐਸਚਨ ਛੱਡ ਕੇ ਨਹੀਂ ਆਉਣਾ। ਪਲੀਜ਼, ਅੱਜ ਦੇ ਮੇਰੇ ਲੈਕਚਰ ਦਾ ਇਸੈਂਸ ਇਹੀ ਹੈ ਕਿ ਅਸੀਂ ਜੇ ਵਧੀਆ ਨੰਬਰ ਲੈਣੇ ਹਨ ਤਾਂ ਤੁਸੀਂ ਕੋਈ ਵੀ ਕੁਐਸਚਨ ਪੇਪਰ ਵਿੱਚ ਅਨਅਟੈਂਪਟਿਡ ਜਾਂ ਛੱਡ ਕੇ ਨਹੀਂ ਆਉਣਾ ਹੈ, ਛੱਡਣਾ ਹੈ ਹੀ ਨਹੀਂ। ਅਗਲੀ ਗੱਲ ਥੋੜ੍ਹੀ ਜਿਹੀ ਅਸੀਂ ਅੱਗੇ, ਮੈਂ ਤੁਹਾਨੂੰ ਥੋੜ੍ਹੀ ਜਿਹੀ ਸਲਾਈਡ 'ਤੇ ਵੀ ਧਿਆਨ ਦਿਓ। ਤੁਹਾਡੇ ਕੋਲ ਪ੍ਰਸ਼ਨ ਪੱਤਰ ਦੇ ਵਿੱਚ ਬੱਚੇ ਚਾਰ ਭਾਗ ਹੋਣਗੇ, ਪਾਰਟ ਏ, ਬੀ, ਸੀ, ਡੀ। ਇੱਕ ਦੇ ਵਿੱਚ ਓਬਜੈਕਟਿਵ ਟਾਈਪ, ਦੋ ਦੇ ਵਿੱਚ ਦੋ ਅੰਕ, ਤੀਸਰੇ ਦੇ ਵਿੱਚ ਚਾਰ ਅੰਕ, ਚੌਥੇ ਵਿੱਚ 6 ਅੰਕ। ਪਹਿਲਾਂ 10 ਅੰਕ ਦਾ ਕੁਐਸਚਨ ਆਉਂਦਾ ਸੀ, ਹੁਣ ਤੁਹਾਡੇ ਕੋਲ 10 ਦੀ ਬਜਾਏ ਕਿੰਨੇ ਨੰਬਰ ਦਾ ਆਉਣ ਲੱਗ ਗਿਆ, 6 ਦਾ ਆਉਣ ਲੱਗ ਗਿਆ। ਸੋ ਪਾਰਟ 1 ਦੀ ਜੇ ਅਸੀਂ ਗੱਲ ਕਰੀਏ ਓਬਜੈਕਟਿਵ ਟਾਈਪ ਕੁਐਸਚਨ ਦਾ, ਬੇਟੇ ਤੁਹਾਨੂੰ ਇੱਕ ਲਾਈਨ ਦਾ ਪ੍ਰਸ਼ਨ ਵੀ ਆ ਸਕਦਾ ਹੈ ਜਿਹਦਾ ਇੱਕ ਲਾਈਨ ਦੇ ਵਿੱਚ ਜਵਾਬ ਹੋਵੇ, ਇੱਕ ਅੱਖਰ ਦੇ ਵਿੱਚ ਵੀ ਆ ਸਕਦਾ, ਬਿਲਕੁਲ ਆ ਸਕਦਾ, ਦੋ ਚੀਜ਼ਾਂ ਵੀ ਪੁੱਛੀਆਂ ਜਾ ਸਕਦੀਆਂ। ਕਾਰਲ ਮਾਰਕਸ ਦੀਆਂ ਦੋ ਕਿਤਾਬਾਂ ਦੇ ਨਾਮ ਦੱਸੋ, ਠੀਕ ਹੈ। ਪਾਕਿਸਤਾਨ ਨੇ ਭਾਰਤ 'ਤੇ ਕਦੋਂ ਕਦੋਂ ਹਮਲਾ ਕੀਤਾ, ਇੱਕ 'ਚ ਵੀ ਪੁੱਛਿਆ ਜਾ ਸਕਦਾ। ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ, ਸਾਰਕ ਦਾ ਪੂਰਾ ਨਾਮ ਦੱਸੋ, ਰਾਜਨੀਤਿਕ ਸ਼ਬਦ ਦਾ ਅਰਥ ਦੱਸੋ, ਕੁਛ ਵੀ, ਕੋਈ ਵੀ ਕੁਐਸਚਨ, ਕੋਈ ਵੀ ਕੁਐਸਚਨ ਤੁਹਾਨੂੰ ਇੱਕ ਲਾਈਨ ਦਾ ਵੀ ਆ ਸਕਦਾ, ਇੱਕ ਅੱਖਰ ਦਾ ਜਵਾਬ ਵੀ ਹੋ ਸਕਦਾ ਹੈ। ਸਾਰਕ ਦੀ ਸਥਾਪਨਾ ਕਦੋਂ ਹੋਈ, ਬਸ ਇੱਕ ਦੇਖੋ, ਇੱਕ ਅੱਖਰ ਦਾ ਜਵਾਬ, ਠੀਕ ਹੈ ਨਾ। ਪੰਚਸ਼ੀਲ ਸਮਝੌਤਾ ਕਿਹੜੇ ਦੋ ਦੇਸ਼ਾਂ ਵਿੱਚ ਹੋਇਆ, ਭਾਰਤ ਅਤੇ ਚੀਨ। ਦੇਖੋ, ਦੋ ਅੱਖਰਾਂ ਦਾ ਜਵਾਬ, ਉਹਦੇ ਵਿੱਚ ਤੁਸੀਂ ਲਾਈਨਾਂ ਨਹੀਂ ਗਿਣਨ ਲੱਗਣਾ। ਮੇਰੀ ਗੱਲ ਯਾਦ ਰੱਖੋ, ਉਸ ਹਾਲਤ ਵਿੱਚ ਤੁਸੀਂ 17 ਨਹੀਂ ਗਿਣਨ ਲੱਗਣਾ ਵੀ ਹਾਂ ਅਸੀਂ ਕਿੰਨੀ, ਇੱਕ 17 'ਚ ਲਿਖਣਾ ਕਿ ਦੋ 'ਚ ਲਿਖਣਾ। ਤੁਹਾਡਾ ਜਵਾਬ ਇੱਕ ਅੱਖਰ ਇੱਕ ਵਰਡ ਦਾ ਵੀ ਹੋ ਸਕਦਾ, ਤੁਹਾਡਾ ਜਵਾਬ ਇੱਕ ਲਾਈਨ ਦਾ ਵੀ ਹੋ ਸਕਦਾ, ਤੁਹਾਡਾ ਜਵਾਬ ਠੀਕ ਗਲਤ ਵੀ ਹੋ ਸਕਦਾ। ਉਹਦੇ ਤੁਸੀਂ ਕਈ ਲਿਖਦੇ ਨੇ, ਪਹਿਲਾਂ ਲਿਖਦੇ ਨੇ ਖਾਲੀ ਥਾਂ ਭਰੋ, ਫਿਰ ਉਸ ਤੋਂ ਬਾਅਦ ਬੱਚੇ ਖਾਲੀ ਥਾਂ ਲਿਖਦੇ ਨੇ, ਉਹ ਸਿੱਧਾ ਕੁਐਸਚਨ ਦਾ ਨੰਬਰ ਪਾਓ। ਮੰਨ ਲਓ ਖਾਲੀ ਥਾਂ ਭਰੋ, 8ਵਾਂ ਪ੍ਰਸ਼ਨ ਹੈ, ਸਿੱਧਾ 8ਵਾਂ ਪਾ ਕੇ ਸਿੱਧੀ ਉਹ ਖਾਲੀ ਥਾਂ ਭਰ ਦਿਓ। ਬੱਚੇ ਜ਼ਰੂਰ ਲਿਖਣਾ ਵੀ ਖਾਲੀ ਥਾਂ ਭਰੋ, ਕਈ ਬੱਚੇ ਸਮਾਂ ਕਿੱਦਾਂ ਖਰਾਬ ਕਰਦੇ ਨੇ। ਮੰਨ ਲਓ 9ਵਾਂ ਪ੍ਰਸ਼ਨ ਹੈ ਠੀਕ ਗਲਤ, ਪਹਿਲਾਂ ਉੱਪਰ ਲਿਖਣਗੇ ਠੀਕ ਗਲਤ ਚੁਣੋ, ਫਿਰ ਥੱਲੇ ਲਾਈਨ ਲਿਖਣਗੇ, ਫਿਰ ਲਿਖਣਗੇ ਠੀਕ ਕੇ ਗਲਤ। ਕਿਉਂ, 9 ਨੰਬਰ ਪਾਓ, ਲਾਈਨ ਲਿਖੋ, ਉਹਦੇ ਸਾਹਮਣੇ ਹੀ ਬ੍ਰੈਕਟ ਦੇ ਵਿੱਚ ਲਿਖੋ ਵੀ ਇਹ ਠੀਕ ਹੈ ਕਿ ਗਲਤ ਹੈ, ਠੀਕ ਹੈ ਜੀ। ਇੱਕ ਤੁਹਾਨੂੰ ਕੁਐਸਚਨ ਆਏਗਾ ਮਲਟੀਪਲ ਚੁਆਇਸ, ਬਹੁ ਵਿਕਲਪੀ ਉੱਤਰ, ਉਹਦੇ ਵਿੱਚ ਬੱਚੇ 4 ਆਪਸ਼ਨ ਦਿੱਤੇ ਹੋਣਗੇ, 4ਾਂ ਵਿੱਚੋਂ ਇੱਕ ਆਪਸ਼ਨ ਸਹੀ ਹੋਏਗਾ। ਜੇ ਤੁਹਾਡੇ ਕੋਲ ਸਮੇਂ ਦੀ ਘਾਟ ਲੱਗ ਰਹੀ ਹੈ, ਤੁਸੀਂ ਉੱਤਰ ਦੇ ਵਿੱਚ, ਮੰਨ ਲਓ 10ਵਾਂ ਪ੍ਰਸ਼ਨ ਆ ਗਿਆ ਮਲਟੀਪਲ ਚੁਆਇਸ ਦਾ, ਤਾਂ ਤੁਸੀਂ ਇਕੱਲਾ ਜਿਹੜਾ ਉੱਤਰ ਠੀਕ ਹੈ, ਮੰਨ ਲਓ ਆ ਗਿਆ ਕਿ ਪੰਚਸ਼ੀਲ ਸਮਝੌਤਾ ਕਿਹੜੇ ਦੋ ਦੇਸ਼ਾਂ ਵਿੱਚ ਹੋਇਆ, ਭਾਰਤ ਅਮਰੀਕਾ, ਭਾਰਤ ਚੀਨ, ਭਾਰਤ ਰੂਸ, ਭਾਰਤ ਸ਼੍ਰੀਲੰਕਾ। ਜੇ ਤੁਹਾਨੂੰ ਲੱਗਦਾ ਹੈ ਕਿ ਪੰਚਸ਼ੀਲ ਪੰਚ ਭਾਰਤ ਅਮਰੀਕਾ ਜਾਂ ਭਾਰਤ ਚੀਨ 'ਚ ਹੈ, ਤਾਂ ਸਿੱਧਾ ਆਂਸਰ ਲਿਖੋ ਭਾਰਤ ਚੀਨ। ਕਹਿਣ ਤੋਂ ਮਤਲਬ, ਟੈਕਨੀਕਲੀ ਆਪਾਂ ਨੇ ਟਾਈਮ ਸੇਵ ਕਰਨਾ ਹੈ, ਟੈਕਨੀਕਲੀ। ਇੱਕ ਹੋਰ ਮੈਨੂੰ ਗੱਲ ਯਾਦ ਆ ਗਈ, ਵਿੱਚ ਮੈਨੂੰ ਗੱਲਾਂ ਯਾਦ ਆ ਰਹੀਆਂ। ਬੱਚੇ ਕੀ ਕਰਦੇ ਨੇ, ਕੁੜੀਆਂ ਦੀ ਬੜੀ ਪ੍ਰੋਬਲਮ ਹੈ, ਕੁੜੀਆਂ ਨੰਬਰ ਵੀ ਬਹੁਤ ਲੈ ਕੇ ਜਾਂਦੀਆਂ ਨੇ, ਕੁੜੀਆਂ ਪੇਪਰ ਛੱਡ ਕੇ ਵੀ ਆਉਂਦੀਆਂ ਨੇ, ਬਾਹਰ ਆ ਕੇ ਰੋਂਦੀਆਂ ਵੀ ਕੁੜੀਆਂ ਹੀ ਨੇ, ਮੁੰਡੇ ਨਹੀਂ ਰੋਂਦੇ। ਫਿਰ ਗਰਲਸ ਕੀ ਕਰਦੀਆਂ ਨੇ, ਹੈਡਿੰਗ ਬਣਾਉਂਦੀਆਂ ਨੇ, ਅੱਛਾ ਫਿਰ ਕਾਲੇ ਪੈੱਨ ਨਾਲ ਅੰਡਰਲਾਈਨ ਕਰਦੀਆਂ ਨੇ, ਫਿਰ ਹਰੇ ਪੈੱਨ ਨਾਲ ਅੰਡਰਲਾਈਨ ਕਰਦੀਆਂ। ਬੇਟੇ, ਆਪਣੇ ਕੋਲ ਬੜਾ ਲੈਂਥੀ ਪੇਪਰ ਹੈ, ਇੰਨਾ ਸਮਾਂ ਨਹੀਂ ਹੈ। ਜਿਹੜੀ ਇੰਪੋਰਟੈਂਟ ਗੱਲ ਤੁਸੀਂ ਅੰਡਰਲਾਈਨ ਕਰਨੀ ਹੈ, ਉਹ ਤੁਸੀਂ ਲਿਖਦੇ ਹੀ ਆਪਣੇ ਪੈੱਨ ਦੇ ਨਾਲ ਇਹ ਲਿਖਿਆ, ਪੰਛੀ ਲਿਖਿਆ, ਨੀਚੇ ਅੰਡਰਲਾਈਨ, ਡਾਰਕ ਅੰਡਰਲਾਈਨ, ਦਿਸ ਅੰਡਰਲਾਈਨ, ਦਿਸ ਅੰਡਰਲਾਈਨ। ਪੈੱਨ ਨਹੀਂ ਬਦਲਣੇ, ਪੇਪਰ ਸੋਹਣਾ ਕਰਨਾ, ਡਿਜ਼ਾਈਨਰ ਪੇਪਰ ਨਹੀਂ ਬੱਚੇ ਆਪਾਂ ਨੇ ਕਰਨਾ, ਆਪਣੇ ਕੋਲ ਸਮਾਂ ਨਹੀਂ ਹੋਏਗਾ। ਸੋ ਇੱਕ ਅੰਕ ਦੇ ਪ੍ਰਸ਼ਨ ਨੂੰ ਤੁਸੀਂ ਬੜਾ ਸੋਚ ਕੇ ਲਿਖਣਾ, ਜਦੋਂ ਖਾਸ ਤੌਰ ਦੇ ਉੱਤੇ ਇੱਕ ਲਾਈਨ ਵਿੱਚ ਕੋਈ ਉੱਤਰ ਬਣਾਉਣਾ ਪੈ ਗਿਆ। ਰਾਜਨੀਤਿਕ ਸ਼ਬਦ ਦਾ ਅਰਥ ਦੱਸੋ, ਕਿਸ ਸਭ ਦਾ ਉੱਤਰ ਸੇਮ ਨਹੀਂ ਹੋਏਗਾ, ਸਭ ਦਾ ਅਲੱਗ ਅਲੱਗ ਹੋਏਗਾ। ਜਦੋਂ ਮੰਨ ਲਓ ਤੁਹਾਨੂੰ ਪੁੱਛ ਲਿਆ ਸਾਰਕ ਦੀ ਸਥਾਪਨਾ ਕਦੋਂ ਹੋਈ, ਸਭ ਦਾ ਉੱਤਰ ਸੇਮ ਹੋਏਗਾ। ਪਰ ਜੇ ਵਿੱਚ ਵਿਚਾਲੇ ਹਿੱਤ ਸਮੂਹਾਂ ਦਾ ਕੋਈ ਇੱਕ ਕੰਮ ਦੱਸੋ, ਕਿਸੇ ਬੱਚੇ ਨੇ ਕਿਹੜਾ ਕੰਮ ਲਿਖ ਦੇਣਾ, ਕਿਸੇ ਨੇ ਕੁਛ ਲਿਖਣਾ, ਕਿਸੇ ਨੇ ਕੁਛ ਦੱਸਣਾ। ਸੋ ਕੋਸ਼ਿਸ਼ ਕਰਨੀ ਹੈ ਕਿ ਕੁਐਸਚਨ 17 ਇੱਕ ਨੰਬਰ ਦਾ, 2 17 ਦੋ ਲਾਈਨਾਂ ਤੋਂ ਵੱਧ ਜਵਾਬ ਤੁਸੀਂ ਨਹੀਂ ਦੇਣਾ ਹੈ, ਜਾਂ ਇੱਕ ਅੱਖਰ, ਜਾਂ ਇੱਕ ਲਾਈਨ, ਜਾਂ ਦੋ ਚੀਜ਼ਾਂ ਪੁੱਛੀਆਂ, ਦੋ ਜੇ ਲਾਈਨਾਂ ਹੀ ਦੇਣੀਆਂ ਪੈ ਗਈਆਂ ਤਾਂ ਦੋ ਲਾਈਨਾਂ ਤੋਂ ਵੱਧ ਜਵਾਬ ਨਹੀਂ ਦੇਣਾ। ਦੂਸਰਾ ਤੁਹਾਡੇ ਕੋਲ ਆਏਗਾ ਬੇਟੇ ਪਾਰਟ ਬੀ, ਉਹਦੇ ਵਿੱਚ ਵੈਰੀ ਸ਼ੋਰਟ ਆਨਸਰ ਟਾਈਪ ਕੁਐਸਚਨਸ ਹੋਣਗੇ। ਪਲੀਜ਼ ਸਲਾਈਡ ਵੀ ਦਿਖਾਉਂਦੇ ਜਾਓ। ਇਹਦੇ ਵਿੱਚ ਬੱਚੇ 12 ਕੁਐਸਚਨ ਹੋਣਗੇ, 2 ਅੰਕ ਦੇ ਪ੍ਰਸ਼ਨ ਹੋਣਗੇ। ਇਹਨਾਂ 2 ਅੰਕਾਂ ਦੇ ਵਿੱਚ ਦੇਖੋ, ਧਿਆਨ ਨਾਲ ਦੇਖੋ, ਹਰੇਕ ਪ੍ਰਸ਼ਨ ਦਾ ਉੱਤਰ 20 ਤੋਂ 30 ਅੱਖਰਾਂ, 20 ਤੋਂ 30 ਅੱਖਰ। ਹੁਣ ਗਿਣਨ ਨਹੀਂ ਲੱਗ ਜਾਣਾ ਬਈ, ਇਹ ਨਾ ਹੋਏ ਤੁਸੀਂ ਗਿਣੋ 1 2 3 4 ਚਲੋ ਜੀ, ਨਹੀਂ, ਤੁਹਾਨੂੰ ਅੰਦਾਜ਼ਾ ਹੋਣਾ ਚਾਹੀਦਾ, ਲਿਖ ਕੇ ਦੇਖੋ। ਹੁਣ ਤੁਹਾਡੇ ਕੋਲ ਹਾਲੇ ਮਹੀਨਾ ਪਿਆ ਹੈ,
हले अपने को अज तो लैके 7 तरीक पेपर है, पूरा एक महीना पिया अपने को, लिख के देखो कि 20 तो 30 अक्खर किनिया लाइना दे विच बनते हैं। जे आप 17 लिखनिया ने तो 17 दो 17 च भी उत्तर हो सकता है, 3 च भी हो सकता है, 4 च भी हो सकता है। 4 तो वध नहीं जाना, 4 तो वध आपने 2 अंक दे विच नहीं जाना। प्लीज़ मेरी गल ध्यान नाल सुनो, 2 अंक का प्रश्न बहुत वड्डा लंबा नहीं करना, बाकी प्रश्नों लई समा नहीं रहेगा। उस तो बाद जे 2 अंक विच 2 तत्थ पुछे होण तां 2 ही दसने है। भारतीय विदेश नीति दीआं 2 विशेषतावां, राजनीतिक दलां दे 2 कम, हित समूहां दी कम करन दे 2 तरीके, ओह 2 अक्खर भी नहीं लिख देने भी हड़ताल धरना चलो जी भोग पै गया। इदां नहीं करना बच्चे, इदां नहीं करना, मेरी गल याद रखना। जे तुसीं मन लो आ गया कि हित समूहां दी कार्यविधि दे 2 ढंगां दा वर्णन करो, 2 अंक दे विच तुहानूं पुछ लिया, तां तुसीं उहदे विच लिखणा है कि नंबर 1 हड़ताल, हित समूह अपनियां मंगां मनाउण लई हड़तालां दा सहारा लैंदे हन। नंबर 2 बिने पत्र देना, हित समूह अपनियां मंगां संबंधी बिने पत्र उच्च अधिकारियों नूं दिंदे हन। 2 गल्लां पुछियां, 2 ही दसणियां, 3 पुछियां 3 दसणियां, 4 पुछियां 4 दसणियां, उस तो उपर नहीं जाना। पर गल तुहाडा पॉइंट क्लीयर होना चाहीदा है। अगली गल पाठ सी, पाठ सी दे विच छोटे उत्तरां वाले प्रश्न बेटे 10 प्रश्न होणगे, 10 दे विचों तुसीं 8 करने होणगे, 4 अंक दा प्रश्न होएगा। ये उही प्रश्न है जिहदी मैं गल कर रही हाँ कि आपां ने छड के नहीं आना है। 8 कहे ने, 9 भी नहीं करने पर 8 जरूर करने आ। 9 तुसीं तां करने आ इन केस तुहानूं कोई उत्तर तुहानूं लग रहा मेरा उत्तर गलत हो सकता है, तां तुसीं 9 करने ने, अदरवाइज़ तुसीं 8 ही। वैसे तां चूज़ करो कि ये 10 चों किहड़े 8 है जिहड़े तुहानूं बहुत वधिया तरीके दे नाल आउंदे हन, ओह 8 प्रश्न करने आ। 4 अंकां दा बच्चे नोट करो, उत्तर जो है 5 तो 10 17 दे विच देना है, 5 तो 10 17। कई बार तुसीं की करदे हो, बहुत शॉर्टकट मार दिंदे हो। आम तौर दे उत्ते असीं क्लासां च जदों क्वेश्चन करवाउण नूं दिंदे आ बच्चे नूं, ओह की करदे ने, 2 नंबर च भी ओना ही लिख दिंदे ने, जे 4 नंबर च कह दो 4 नंबर च भी ओना ही लिख दिंदे ने। नहीं बच्चे, 4 नंबर दे विच असीं उस गल दी थोड़ी जी डिटेल देनी है, 4 नंबर ने, कोई थोड़े नंबर नहीं हैगे। तुहानूं कोई भी क्वेश्चन आ गया, मान लो तुहानूं आ गया गांधी जी दे राज संबंधी विचार दसो, हुण तो असीं गांधी जी दे राज संबंधी विचार, जे तां 1 लाइन च आ गया, 1 नंबर च आ गया, सेम क्वेश्चन आ सकदा 1 नंबर च, तुसीं लिखणा है गांधी जी राज दे वर्तमान रूप दे खिलाफ सन, क्योंकि वह मनदे सन कि राज हिंसा ते आधारित है ते अमीरां दा एक साधन है जिस राहीं वह गरीबां दा शोषण करदे हन। 2 अंक च आ गया, 1 अद्धी लाइन होर पा दो। मन लो तुहानूं इही क्वेश्चन 4 अंक च आ गया कि गांधी जी दे राज संबंधी विचार दसो, बच्चे उदों आपां लाइनां लिखणियां ने 5 तो 10, 5 तो 10 लाइनां लिखणियां ने आपां ने, फिर गांधी जी दे राज संबंधी विचार, गांधी जी राज दे वर्तमान रूप दे खिलाफ सन, वो राज दे वर्तमान रूप नूं हिंसा दे उत्ते आधारित मनदे सन, गांधी जी दे अनुसार राज वो मशीनरी है जिस राहीं अमीर लोग गरीब लोगों का शोषण करते हैं, राज मनुख की सुतंत्रता नूं, गांधी जी के अनुसार राज दे कानून मनुख की सुतंत्रता नूं घटाउंदे हन, गांधी जी राज दे वर्तमान रूप नूं खत्म करके उसकी जगह दे उत्ते आदर्श राज स्थापित करना चाहते सन। 5-6 गल्लां आपां लिखणियां ने। एक होर वेरी इंपॉर्टेंट पॉइंट मेरे दिमाग च आ गया, शीट मिलती है, तुहानूं शीट मिली, बच्चे की करते ने, सपोजिंग दिस इज़ योर शीट, बच्चे की करते ने, इन्ना हाशिया इधर, इन्ना हाशिया इधर दिखाण नूं भी आए हाए असी 7 शीटां भरियां, असी 4 शीटां भरियां, असी इन्ना लिखता। गलत है बच्चे, किसी टीचर नूं पागल बनाने की कोशिश ना करो। फिर तुसी की करते हो 17 बच्चे की करते हैं, लाइना 17 मीनस लाइना, लाइना किदा गिणते हैं, इन्ना हाशिया इधर छड़ता, इन्ना हाशिया इधर छड़ता, आ विच इन्नी जगह रह गई, फिर उन्होंने लाइन गिण लेंदे ने, 1 2 3 4 5 हो गई जी 7 लाइना। नो, यू आर रोंग। पहली गल तो पेपर दे विच हाशिया इस तो ज़्यादा तुसी नहीं छड़ना, दूजे पासे हाशिया बिल्कुल भी नहीं छड़ना। इत्थे असी तां छड़ना है, क्यों? क्योंकि सानू इत्थे क्वेश्चन नंबर लिखना पएगा, पाठ लिखना पएगा, ठीक है। उस तो बाद 17 दा मतलब हुंदा है 1 अक्खर तो शुरू हो के जिथे डंडी आउंदी है, दैट इज़ कॉल्ड 1 17। लाइना नहीं गिणनियां 1 2 3 4 5 6, वह नहीं गिणनियां 17 17। जिवें मैं कहनी हाँ कल वह शाम नूं मेरे घर आया सी, 1 17 बनी। मेरे घर आउण तो बाद वह अपने मित्रां दे नाल कल शाम नूं पिक्चर देखण गया सी, 2 17 बनी।
ਜਦੋਂ ਇੱਕ ਅੱਖਰ ਤੋਂ ਸਟਾਰਟ ਕਰਕੇ ਆਪਾਂ ਡੰਡੀ ਤੱਕ ਜਾਂਦੇ ਹਾਂ, ਕੰਨੇ ਤੱਕ ਜਾਂਦੇ ਹਾਂ, ਇੱਕ ਵਾਕ ਪੂਰਾ ਕਰਦੇ ਹਾਂ ਤਾਂ ਉਹਨੂੰ ਆਪਾਂ ਇੱਕ ਸਤਰ ਮੰਨਦੇ ਹਾਂ। ਜਦੋਂ ਤੁਹਾਨੂੰ ਚਾਰ ਅੰਕ ਦਾ ਪ੍ਰਸ਼ਨ ਆਏਗਾ ਤੁਸੀਂ ਯਾਦ ਰੱਖਣਾ ਤੁਹਾਡਾ ਉੱਤਰ 5 ਤੋਂ 10 ਸਤਰਾਂ, 5 ਤੋਂ 10 ਸੈਂਟੈਂਸਿਸ, 5 ਤੋਂ 10 ਵਾਕਾਂ ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਚਾਰ ਤੱਤ ਪੁੱਛੇ ਨੇ, ਚਾਰ ਹੀ ਲਿਖਣੇ ਨੇ। ਕਈ ਵਾਰੀ ਪੇਪਰ ਪਾਉਣ ਵਾਲੇ ਨੇ ਤੁਹਾਨੂੰ ਚਾਰ ਦੇ ਵਿੱਚ ਚਾਰ ਨਹੀਂ ਬੋਲਣਾ, ਉਹਨੇ ਲਿਖ ਦੇਣਾ ਹਿੱਤ ਸਮੂਹਾਂ ਦੇ ਕੰਮ ਦੱਸੋ, ਤੁਸੀਂ ਤਾਂ 10 ਕੰਮ ਲਿਖਣ ਬੈਠ ਜਾਓਗੇ। ਨਾ 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 ਨਾ, ਤੁਸੀਂ ਕਿੰਨੇ ਲਿਖਣੇ ਨੇ? 4 ਪੁਆਇੰਟ ਬਣਾ ਕੇ ਲਿਖ ਰਹੇ ਹੋ, 4। ਮੇਰੀ ਗੱਲ ਸਮਝ ਆ ਗਈ? ਪੰਚਾਇਤ ਦੇ ਕੰਮ ਦੱਸੋ, ਜੇ ਤਾਂ ਤੁਸੀਂ ਇੱਕ ਇੱਕ ਲਾਈਨ 'ਚ, ਬਿਲਕੁਲ ਛੋਟੀ ਇੱਕ ਇੱਕ ਲਾਈਨ 'ਚ ਲਿਖ ਰਹੇ ਹੋ, ਫਿਰ ਤਾਂ ਲਿਖੋ ਬੱਚੇ 5-7 ਲਾਈਨਾਂ, 5-7 ਕੰਮ ਲਿਖ ਦਿਓ। ਮੰਨ ਲਓ ਤੁਸੀਂ ਲਿਖ ਰਹੇ ਹੋ ਸਿਹਤ ਸੰਬੰਧੀ ਕੰਮ, ਵਿੱਦਿਆ ਸੰਬੰਧੀ ਕੰਮ, ਸਫਾਈ ਸੰਬੰਧੀ ਕੰਮ, ਤੁਸੀਂ ਹੈਡਿੰਗ ਬਣਾ ਕੇ ਲਿਖ ਰਹੇ ਹੋ, ਫਿਰ ਤੁਸੀਂ ਕਿੰਨੇ ਲਿਖਣੇ ਆ? 4। ਫਿਰ ਤੁਸੀਂ 4 ਤੋਂ ਵੱਧ ਨਹੀਂ ਲਿਖਣੇ। ਮੇਰੀ ਪੁਆਇੰਟਸ ਨੂੰ ਬੇਟੇ ਬਹੁਤ ਧਿਆਨ ਨਾਲ ਸੁਣਨਾ ਹੈ। ਪੁਆਇੰਟ ਬਣਾ ਕੇ ਲਿਖ ਰਹੇ ਹੋ, ਪੁਆਇੰਟ ਸਮਝਦੇ ਹੋ? ਜਿਵੇਂ ਅਸੀਂ ਲਿਖਤਾ, ਮੰਨ ਲਓ ਪੰਚਾਇਤ ਦੇ ਕੰਮ ਮੈਂ ਲਿਖ ਰਹੀ ਹਾਂ, ਮੈਂ ਲਿਖਤਾ ਸਿਹਤ ਸੰਬੰਧੀ ਕੰਮ, ਤਾਂ ਉਹਦੇ ਅੰਡਰ ਮੈਂ ਲਿਖਾਂਗੀ ਪੰਚਾਇਤਾਂ ਆਪਣੇ ਅਧੀਨ ਆਉਣ ਦੇ ਪਿੰਡ ਦੇ ਵਿੱਚ ਸਿਹਤ ਸੰਬੰਧੀ ਡਿਸਪੈਂਸਰੀਆਂ ਖੋਲ੍ਹਣੀਆਂ, ਪਸ਼ੂ ਹਸਪਤਾਲ ਖੋਲ੍ਹਣੇ, ਜੱਚਾ ਬੱਚਾ ਕੇਂਦਰ ਖੋਲ੍ਹਣੇ ਆਦਿ ਦਾ ਕੰਮ ਕਰਦੀ ਹੈ। ਇਹ ਹੈਡਿੰਗ ਦੇ ਅੰਡਰ 2-3 ਅੱਖਰ, 2-3 ਜਦੋਂ ਆਪਾਂ ਲਾਈਨਾਂ ਲਿਖੀਆਂ, ਦੈਟ ਇਜ਼ ਕਾਲਡ 1 ਪੁਆਇੰਟ। ਵੈਨ ਯੂ ਆਰ ਰਾਈਟਿੰਗ 4 ਮਾਰਕਸ ਕੁਸ਼ਚਨ, ਰਾਈਟ 4 ਪੁਆਇੰਟਸ, ਜਾਂ ਤੁਸੀਂ 4 ਪੁਆਇੰਟ ਲਿਖੋਗੇ। ਜੇ ਤੁਹਾਨੂੰ ਵੱਡੇ ਪੁਆਇੰਟ ਬਣਾਉਣੇ ਨਹੀਂ ਆਉਂਦੇ ਤਾਂ ਤੁਸੀਂ 5-6-7-8 ਕੰਮ ਲਿਖ ਸਕਦੇ ਹੋ, 5-6-7-8 ਲਾਈਨਾਂ ਲਿਖ ਸਕਦੇ ਹੋ, ਪਰ 10 ਲਾਈਨਾਂ ਤੋਂ ਵੱਧ ਨਹੀਂ। 50 ਤੋਂ 60 ਸ਼ਬਦਾਂ ਦੀ ਲਿਮਿਟ ਤੁਹਾਡੀ 4 ਅੰਕਾਂ ਦੇ ਵਿੱਚ ਹੈ। ਅਗਲੀ ਗੱਲ, ਪਾਰਟ ਡੀ, ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ, 6 ਅੰਕਾਂ ਦਾ ਪ੍ਰਸ਼ਨ। ਮੈਂ ਪਹਿਲਾਂ ਦੱਸ ਕੇ ਹਟੀ ਹਾਂ ਕਿ ਮੈਨੂੰ ਕੋਈ ਵੀ ਬੱਚਾ, ਨਾ ਮੇਰੇ ਸਕੂਲ ਦਾ, ਨਾ ਮੈਨੂੰ ਪੰਜਾਬ ਦਾ ਕੋਈ ਵੀ ਬੱਚਾ ਇਹ ਗੱਲ ਨਾ ਕਹੇ ਕਿ ਮੈਡਮ ਟਾਈਮ ਖਤਮ ਹੋ ਗਿਆ ਸੀ ਅਤੇ ਸਾਡੇ 6 ਅੰਕ ਦੇ ਪ੍ਰਸ਼ਨ ਰਹਿ ਗਏ। ਬੱਚੇ, 6 ਅੰਕ ਦਾ ਪ੍ਰਸ਼ਨ ਆਪਾਂ ਛੱਡਣਾ ਹੀ ਨਹੀਂ ਹੈ। ਆਪਣੇ ਜਿਹੜੇ ਨੰਬਰ ਨੇ ਉੱਥੋਂ ਹੀ ਆਪਣੇ ਮੈਕਸੀਮਮ ਨੰਬਰ ਬਣਨੇ ਨੇ 6 ਅੰਕ ਦੇ ਵਿੱਚ। 24 ਨੰਬਰ ਨੇ, 24 'ਚੋਂ ਅਸੀਂ ਘੱਟੋ ਘੱਟ 18 ਨੰਬਰ ਅਸੀਂ ਲੈ ਕੇ ਜਾਣੇ ਨੇ 6 ਅੰਕ ਦੇ ਪ੍ਰਸ਼ਨ ਦੇ ਵਿੱਚ। ਬੱਚੇ, ਤੁਹਾਡਾ ਹੁਣ ਇਹ ਨਾਪਣ ਨਾ ਲੱਗ ਜਿਓ, ਹੁਣ ਆਪਣੀ ਪ੍ਰੈਕਟਿਸ ਕਰੋ। 150 ਤੋਂ 200 ਸ਼ਬਦ ਹੋ ਸਕਦੇ ਹਨ, ਠੀਕ ਹੈ ਜੀ। ਜੇ ਆਪਾਂ ਸ਼ੀਟ ਦੀ ਗੱਲ ਕਰੀਏ, ਮੇਰੇ ਹਿਸਾਬ ਨਾਲ ਜੇ ਮੈਂ ਸ਼ੀਟ ਚੈੱਕ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ 1 ਤੋਂ ਜਿਹੜੀ ਤੁਹਾਡੀ ਆਂਸਰ ਸ਼ੀਟ ਹੋਏਗੀ, 1 ਤੋਂ 1.5 ਸ਼ੀਟ, ਇੱਕ ਸ਼ੀਟ, ਡੇਢ ਸ਼ੀਟ ਤੱਕ ਦਾ ਤੁਹਾਡਾ 6 ਅੰਕ ਦਾ ਪ੍ਰਸ਼ਨ ਮੈਨੂੰ ਲੱਗਦਾ ਹੈ ਕਿ ਬਿਲਕੁਲ ਠੀਕ ਹੋਏਗਾ। ਅਗਲੀ ਗੱਲ ਕਿ 6 ਅੰਕ ਦੇ ਪ੍ਰਸ਼ਨ ਦੇ ਵਿੱਚ ਬੱਚੇ 2 ਭਾਗ ਵੀ ਹੋ ਸਕਦੇ ਨੇ। ਉਹਦੇ ਵਿੱਚ ਤੁਸੀਂ ਨੰਬਰਾਂ ਦੀ ਵੰਡ ਨੂੰ ਬਹੁਤ ਧਿਆਨ ਨਾਲ ਦੇਖਣਾ। ਤੁਹਾਨੂੰ ਪ੍ਰਸ਼ਨ ਉਹਨਾਂ ਨੇ ਪਾ ਦਿੱਤਾ ਜੀ ਵਿਦੇਸ਼ ਨੀਤੀ ਕੀ ਹੈ, ਵਿਦੇਸ਼ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ, ਤਾਂ ਇਹਦਾ ਮਤਲਬ ਵਿਦੇਸ਼ ਨੀਤੀ ਕੀ ਹੈ, ਇਹ 2 ਅੰਕਾਂ ਦਾ ਹੈ। ਬਾਕੀ ਰਹਿ ਗਈਆਂ ਵਿਸ਼ੇਸ਼ਤਾਵਾਂ, ਉਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਬਾਕੀ ਅੰਕ ਰਹਿ ਗਏ 4। ਵੈਸੇ ਬੱਚੇ, ਅਸੀਂ ਬੋਰਡ ਨੂੰ ਬਾਰ ਇੰਸਟਰਕਸ਼ਨਸ ਦਿੱਤੀਆਂ ਨੇ ਰਿਟਨ ਦੇ ਵਿੱਚ ਵੀ ਕਿ ਜਦੋਂ 6 ਅੰਕ ਦਾ ਬੱਚੇ ਨੂੰ ਪ੍ਰਸ਼ਨ ਪੁੱਛਿਆ ਜਾਵੇ ਤਾਂ ਬੱਚੇ ਨੂੰ ਇਹ ਗੱਲ ਕਲੀਅਰ ਕੀਤੀ ਜਾਵੇ ਕਿ ਉਹਨੇ 6 ਪੁਆਇੰਟ ਲਿਖਣੇ ਨੇ। ਅਸੀਂ ਜਦੋਂ ਕੁਸ਼ਚਨ ਬਣਾਉਂਦੇ ਹਾਂ ਪੇਪਰ, ਤਾਂ ਅਸੀਂ ਕਰਦੇ ਹਾਂ ਕਿ ਭਾਰਤੀ 6 ਵਿਦੇਸ਼ ਨੀਤੀ ਦੀਆਂ 6 ਵਿਸ਼ੇਸ਼ਤਾਵਾਂ ਦੱਸੋ, ਰਾਜਨੀਤਿਕ ਦਲਾਂ ਦੇ ਕੋਈ 6 ਕੰਮ ਦੱਸੋ। ਅਸੀਂ 6 ਨੂੰ ਅੱਖਰ ਨੂੰ ਪਾਉਂਦੇ ਹਾਂ, ਪਰ ਕਈ ਵਾਰੀ ਅਸੀਂ, ਮੰਨ ਲਓ ਤੁਹਾਨੂੰ ਮੈਂ ਪ੍ਰਸ਼ਨ ਪਾ ਰਹੀ ਹਾਂ, ਰਾਜਨੀਤਿਕ ਪ੍ਰਣਾਲੀ ਤੋਂ ਕੀ ਭਾਵ ਹੈ, ਇਸ ਦੇ ਕਾਰਜਾਂ ਦਾ ਵਰਣਨ ਕਰੋ। ਹੁਣ ਕਾਰਜ ਤਾਂ ਅਸੀਂ 6 ਨਹੀਂ ਕਹਿ ਸਕਦੇ, ਤੁਹਾਡੇ ਤੁਸੀਂ ਨਿਵੇਸ਼ ਕਾਰਜ ਵੀ ਇਕੱਲੇ ਪੁੱਛੇ ਜਾ ਸਕਦੇ ਨੇ, ਨਿਕਾਸ ਵੀ ਪੁੱਛੇ ਜਾ ਸਕਦੇ ਨੇ। ਤਾਂ ਕੁਸ਼ਚਨ ਨੂੰ ਆਪਣਾ ਇਹ ਦੇਖਣਾ ਹੈ ਕਿ ਕੁਸ਼ਚਨ ਦੇ ਅੰਕ ਕਿੰਨੇ ਨੇ। ਮੰਨ ਲਓ ਤੁਹਾਨੂੰ ਪ੍ਰਸ਼ਨ ਆ ਗਿਆ, ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਦੱਸੋ। 6 ਕਿਸੇ ਨੇ ਨਹੀਂ 6 ਲਿਖਿਆ, ਤੁਸੀਂ ਪੁਆਇੰਟ ਕਿੰਨੇ ਬਣਾਉਣੇ ਨੇ? 6, ਠੀਕ ਹੈ ਜੀ। ਮੰਨ ਲਓ ਤੁਹਾਨੂੰ ਕੁਸ਼ਚਨ ਆ ਗਿਆ, ਰਾਜਨੀਤਿਕ ਪ੍ਰਣਾਲੀ ਦਾ ਅਰਥ ਦੱਸੋ, ਜਾਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦਾ ਅਰਥ ਦੱਸੋ ਅਤੇ ਇਸ ਵਿੱਚ ਅੰਤਰ ਦੱਸੋ। ਦੇਖੋ ਕਿੱਡਾ ਵੱਡਾ ਆ ਗਿਆ, ਪਹਿਲਾਂ ਰਾਜ ਦਾ ਅਰਥ, ਫਿਰ ਰਾਜਨੀਤਿਕ ਪ੍ਰਣਾਲੀ ਦਾ ਅਰਥ, ਫਿਰ ਅੰਤਰ ਵੀ ਦੱਸਣੇ ਨੇ। ਤਾਂ ਆਪਣੇ ਦਿਮਾਗ ਦੇ ਵਿੱਚ ਹੀ ਕਰ ਲਓ, 2 ਲਾਈਨਾਂ ਵਿੱਚ ਰਾਜ ਦਾ ਅਰਥ, 2 ਲਾਈਨਾਂ ਵਿੱਚ ਰਾਜਨੀਤਿਕ ਪ੍ਰਣਾਲੀ ਦਾ ਅਰਥ, ਉਸ ਤੋਂ ਬਾਅਦ ਜਿਹੜੇ ਅੰਤਰ ਦੇ 3-4-5 ਪੁਆਇੰਟ, ਛੋਟੇ ਛੋਟੇ ਪੁਆਇੰਟ ਬਣਾ ਦਿਓ। ਕਹਿਣ ਤੋਂ ਭਾਵ ਇਹ ਕਿ ਹੈਡਿੰਗ ਆਉਂਦੇ ਨੇ ਹੈਡਿੰਗ ਲਿਖ ਦਿਓ, ਪੁਆਇੰਟ ਆਉਂਦੇ ਨੇ ਪੁਆਇੰਟ ਲਿਖ ਦਿਓ, ਨਹੀਂ ਵੱਡੇ ਪੁਆਇੰਟ ਬਣਦੇ ਛੋਟੇ ਲਿਖ ਦਿਓ, ਅਰਥ ਆਉਂਦਾ ਅਰਥ ਲਿਖ ਦਿਓ, ਛੱਡ ਕੇ ਨਹੀਂ ਆਉਣਾ। ਮੰਨ ਲਓ ਤੁਹਾਨੂੰ ਪ੍ਰਸ਼ਨ ਆ ਗਿਆ, ਰਾਸ਼ਟਰੀ ਏਕੀਕਰਨ ਤੋਂ ਕੀ ਭਾਵ ਹੈ, ਕੁਸ਼ਚਨ ਆ ਗਿਆ, ਰਾਸ਼ਟਰੀ ਏਕੀਕਰਨ ਤੋਂ ਕੀ ਭਾਵ ਹੈ, ਰਾਸ਼ਟਰੀ ਏਕੀਕਰਨ ਦੀਆਂ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਹੱਲ ਕਰਨ ਦੇ ਸੁਝਾਅ ਦਿਓ। ਦੇਖੋ ਜੀ ਕਿੱਡਾ ਵੱਡਾ ਉੱਤਰ ਹੈ,
ਦੋ ਲਾਈਨਾਂ 'ਚ ਲਿਖੋ ਰਾਸ਼ਟਰੀ ਏਕੀਕਰਨ, ਰੁਕਾਵਟਾਂ ਦੇ ਮੰਨ ਲਓ ਤੁਹਾਡੇ ਕੋਲ ਟਾਈਮ ਬਿਲਕੁਲ ਨਹੀਂ ਹੈ, ਖਤਮ ਹੋ ਗਿਆ, ਮੈਡਮ ਕਹਿ ਰਹੀ ਆ ਪੇਪਰ ਬੰਨੋ, ਜਲਦੀ ਕਰੋ, ਇੱਕ ਮਿੰਟ ਦੇ ਵਿੱਚ ਆਪਣੀ ਰੁਕਾਵਟਾਂ ਦੇ ਵਿੱਚ ਜਾਤੀਵਾਦ, ਅਨਪੜ੍ਹਤਾ, ਗਰੀਬੀ, ਇਹ ਉਹ ਸਾਰੇ ਪੁਆਇੰਟ ਇੱਕ ਮਿੰਟ ਤੁਸੀਂ ਲਿਖ ਕੇ ਅੱਗੇ ਲਿਖੋ ਹੱਲ, ਉਹਦੇ ਲਈ ਆਪਣੇ ਹੱਲ ਇੱਕ ਮਿੰਟ ਦੇ ਵਿੱਚ ਇਕੱਲੇ ਪੁਆਇੰਟਸ ਹੀ ਲਿਖ ਦੇਣੇ ਆ, 6 ਵਿੱਚੋਂ 3 ਨੰਬਰ ਮਿਲਣਗੇ ਹੀ ਮਿਲਣਗੇ, ਛੱਡ ਕੇ ਨਹੀਂ ਆਉਣਾ, ਭੁੰਜੇ ਨਹੀਂ ਗਿਰਨ ਦੇਣਾ ਬੱਚੇ, ਯਾਦ ਰੱਖੀ ਜੋ ਮੇਰੀ ਗੱਲ, ਬਿਲਕੁਲ ਕੁਐਸਚਨ ਨੂੰ ਉਸ ਹਿਸਾਬ ਨਾਲ, ਤੁਹਾਨੂੰ ਕੋਈ ਕੁਐਸਚਨ ਕਿੰਨਾ ਵੀ ਲੈਂਥ ਦਾ ਆ ਸਕਦਾ। ਸੋ 6 ਅੰਕ ਦਾ ਪ੍ਰਸ਼ਨ, 4 ਅੰਕ ਦਾ ਪ੍ਰਸ਼ਨ ਤੁਸੀਂ ਛੱਡ ਕੇ ਨਹੀਂ ਆਉਣਾ, ਕਿਸੇ ਵੀ ਹਾਲਤ ਵਿੱਚ ਤੁਸੀਂ ਛੱਡ ਕੇ ਨਹੀਂ ਆਉਣਾ। ਹੁਣ ਕੁਛ ਇੱਕ ਕਾਪੀ ਪੈੱਨ ਚੱਕ ਲਓ, ਬਹੁਤ ਇੰਪੋਰਟੈਂਟ ਇੱਕ, ਹਾਂ ਵੈਰੀ ਇੰਪੋਰਟੈਂਟ ਮੇਰੀ ਸਲਾਈਡ ਰਹਿ ਗਈ ਹੈ। 6 ਅੰਕਾਂ ਦਾ ਪ੍ਰਸ਼ਨ, ਮੈਂ ਦੇਖੋ ਅਪਰੋਕਸੀਮੇਟਲੀ ਇੱਕ ਟਾਈਮ ਦੀ ਲਿਮਿਟ ਲਗਾਈ ਹੈ, ਪਲੀਜ਼ ਇਹ ਸਲਾਈਡ ਜ਼ਰੂਰ ਬੱਚਿਆਂ ਨੂੰ ਦਿਖਾਈ ਜਾਵੇ। 6 ਅੰਕ ਦਾ ਜਿਹੜਾ ਪ੍ਰਸ਼ਨ ਹੈ ਇਹ ਤੁਹਾਡਾ 15 ਮਿੰਟ ਮੈਕਸੀਮਮ, ਤੁਸੀਂ ਮੈਕਸੀਮਮ ਲਿਮਿਟ ਵੱਧ ਤੋਂ ਵੱਧ 15, ਕੋਸ਼ਿਸ਼ ਕਰੋ 10 ਤੋਂ 12 'ਚ ਮੁਕਾਉਣ ਦੀ, ਘਰ ਲਿਖ ਕੇ ਦੇਖੋ, ਉੱਥੇ ਘੜੀ ਨਹੀਂ ਦੇਖੀ ਜਾਣੀ ਬੱਚੇ। ਇੱਕ ਕੰਮ ਹੋਰ ਤੁਸੀਂ ਕਰ ਲੈਣਾ, ਤੁਸੀਂ ਕਹਿਣਾ ਮੈਡਮ ਨੇ ਕਿਹਾ ਸੀ ਘੜੀ ਦੇਖ ਕੇ ਕੰਮ ਕਰਿਓ, ਤੁਸੀਂ ਘੜੀ ਦੇਖੀ ਜਾਣੀ ਹੈ, ਕੁਐਸਚਨ ਪੇਪਰ ਰਹਿ ਜਾਣਾ। ਨਾ ਨਾ ਨਾ, ਹੁਣ ਪ੍ਰੈਕਟਿਸ ਕਰੋ, ਇੱਕ ਮਹੀਨਾ ਪਿਆ। 6 ਅੰਕ ਦਾ ਪ੍ਰਸ਼ਨ 15 ਮਿੰਟ, 4 ਅੰਕ ਦਾ ਪ੍ਰਸ਼ਨ 5 ਤੋਂ 6 ਮਿੰਟ, 5 ਤੋਂ 6 ਮਿੰਟ ਬਹੁਤ ਹੁੰਦੇ ਆ, ਬੰਦਾ ਜੇ ਕਾਰ ਦੇ ਉੱਤੇ ਜਾਣਾ ਸ਼ੁਰੂ ਕਰੇ ਮੈਨੂੰ ਲੱਗਦਾ ਘੱਟੋ ਘੱਟ 5 ਕਿਲੋਮੀਟਰ ਲੰਘ ਜਾਂਦਾ ਬੰਦਾ 5 ਤੋਂ 6 ਮਿੰਟ 'ਚ, 5 ਤੋਂ 6 ਮਿੰਟ। 2 ਅੰਕ ਦਾ ਪ੍ਰਸ਼ਨ 3 ਤੋਂ 4 ਮਿੰਟ 'ਚ, ਸੋਚ ਕੇ ਪਹਿਲਾਂ ਕੁਐਸਚਨ ਨੂੰ ਸੋਚਣਾ, ਫਿਰ 1 ਅੰਕ ਦਾ ਪ੍ਰਸ਼ਨ 2 ਮਿੰਟ, 2 ਮਿੰਟ ਵੀ ਬਹੁਤ, ਆਪਾਂ ਕਹਿੰਦੇ ਆਪਾਂ 2 ਮਿੰਟ 'ਚ ਆਏ, 2 ਮਿੰਟ ਗਿਣਨ ਲੱਗੋ ਸੈਕਿੰਡ, 1, 2, 3, 4, 60, 120 ਸੈਕਿੰਡ ਹੋਣਗੇ ਤਾਂ 2 ਮਿੰਟ ਬਣਗੇ, ਵਾਧੂ ਟਾਈਮ ਹੈ। ਸੋ ਇਸ ਤੋਂ ਉੱਪਰ ਨਹੀਂ ਜਾਣਾ, ਇਹਦੇ ਵਿੱਚ ਰਹਿਣਾ, ਸਮੇਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ, ਵਾਰ ਵਾਰ ਘੜੀ ਨਹੀਂ ਦੇਖਣੀ, ਪ੍ਰੈਕਟਿਸ ਕਰੋ ਵੀ ਇਹ ਕੁਐਸਚਨ ਮੈਂ ਇੰਨੀ ਦੇਰ ਦੇ ਵਿੱਚ ਖਤਮ ਕਰ ਰਿਹਾ, ਹੁਣ ਪ੍ਰੈਕਟਿਸ ਕਰੋ 1 ਮਹੀਨੇ ਦੀ ਰਿਟਨ ਪ੍ਰੈਕਟਿਸ ਜੋ ਹੈ। ਅਧਿਆਪਕ ਸਾਹਿਬਾਨ ਅੱਗੇ ਵੀ ਮੇਰੀ ਬੇਨਤੀ ਹੈ, ਮੇਰੇ ਕੋਲ ਵੀ ਪਿੰਡਾਂ ਦੇ ਬੱਚੇ ਪੜ੍ਹਦੇ ਨੇ, ਮੇਰਾ ਵੀ ਆਪਣਾ ਸਕੂਲ ਹੈ, ਸਾਰਾ ਦਿਨ ਅਸੀਂ ਕੁਛ ਨਹੀਂ ਕਰਦੇ, ਜਦੋਂ ਪੀਰੀਅਡ ਹੁੰਦਾ ਲਿਖਵਾਉਂਦੇ ਆ, ਲਿਖੋ ਬੇਟੇ ਆਹ ਪ੍ਰਸ਼ਨ, 2 ਅੰਕ 'ਚ ਵੀ ਲਿਖੋ, 4 'ਚ ਵੀ ਲਿਖੋ, ਕੋਈ ਵੀ ਕੁਐਸਚਨ ਮੈਂ ਦੇ ਦਿੰਦੀ ਹਾਂ ਵੀ ਗਾਂਧੀ ਦੇ ਲਿਖੋ ਜੀ, ਸੱਤਿਆਗ੍ਰਹਿ ਸੰਬੰਧੀ ਵਿਚਾਰ, ਬੇਟੇ 2 ਅੰਕ 'ਚ ਆ ਗਿਆ ਤਾਂ ਕਿੰਨਾ ਲਿਖੋਗੇ, 4 'ਚ ਆ ਗਿਆ ਤਾਂ ਕਿੰਨਾ ਲਿਖੋ, ਲਿਖ ਕੇ ਦਿਖਾਓ ਮੈਨੂੰ, ਉਹਦੇ ਨਾਲ ਕੀ ਹੈ ਕਿ ਤੁਹਾਡੇ ਹੱਥ ਦੀ ਸਪੀਡ, ਤੁਹਾਡੇ ਲਿਖਣ ਦੀ ਸਪੀਡ ਦੇ ਵਿੱਚ ਕੀ ਹੋਏਗਾ, ਵਾਧਾ ਹੋਏਗਾ। ਤੁਹਾਡੀ ਪ੍ਰੀਖਿਆ ਦੇ ਲਈ ਤੁਹਾਨੂੰ ਸ਼ੁਭਕਾਮਨਾਵਾਂ, ਬਾਅਦ 'ਚ ਟਾਈਮ ਨਹੀਂ ਮਿਲਣੀ ਆ ਸ਼ੁਭਕਾਮਨਾਵਾਂ ਦੇਣ ਦੀ, ਇਸ ਕਰਕੇ ਹੁਣ ਮੈਂ ਸ਼ੁਭਕਾਮਨਾਵਾਂ ਦੇ ਰਹੀ ਹਾਂ, ਤੁਹਾਡੀ ਪ੍ਰੀਖਿਆ ਦੇ ਲਈ ਬੇਟੇ ਤੁਹਾਨੂੰ ਸ਼ੁਭਕਾਮਨਾਵਾਂ ਨੇ। ਬਹੁਤ ਧਿਆਨ ਦੇ ਨਾਲ ਪੇਪਰ ਕਰਨਾ ਹੈ, ਬਹੁਤ ਅੱਛੇ ਅੰਕ ਲੈ ਕੇ ਆਪਾਂ ਨੇ ਪੋਲੀਟੀਕਲ ਸਾਇੰਸ ਦੇ ਵਿੱਚ 90, 95, 97 ਤੱਕ ਪਿਛਲੀ ਵਾਰੀ ਮੇਰੇ ਇੱਕ ਬੱਚੇ ਦੇ ਨੰਬਰ ਆਏ ਨੇ, ਨੰਬਰ ਮੈਕਸੀਮਮ ਨੰਬਰ ਆਉਂਦੇ ਨੇ, ਤੁਸੀਂ ਟੈਨਸ਼ਨ ਨਹੀਂ ਲੈਣੀ, ਵਧੀਆ ਤੁਹਾਡੀ ਮੈਰਿਟ ਬਣਾਏਗਾ ਪੋਲੀਟੀਕਲ ਸਾਇੰਸ, ਅਤੇ ਤੁਹਾਨੂੰ ਖੁਸ਼ੀ ਵੀ ਹੋਏਗੀ। ਸਭ ਤੋਂ ਪਹਿਲਾਂ ਤੁਹਾਨੂੰ ਸ਼ੁਭਕਾਮਨਾਵਾਂ ਪੇਪਰ ਦੇ ਲਈ। ਹੁਣ ਮੈਂ ਕੁਛ ਇੱਕ ਇੰਪੋਰਟੈਂਟ ਕੁਐਸਚਨ, ਸਾਰੀ ਬੁੱਕ ਤਾਂ ਬੱਚੇ ਮੈਂ ਨਹੀਂ ਬੋਲ ਸਕਦੀ, ਕੁਛ ਇੱਕ 6 ਅੰਕਾਂ ਦੇ ਇੰਪੋਰਟੈਂਟ ਕੁਐਸਚਨ, ਹੋ ਸਕਦਾ ਉਹਦੇ 'ਚੋਂ ਕੋਈ ਵੀ ਨਾ ਆਏ, ਹੋ ਸਕਦਾ ਉਹ ਸਾਰੇ ਹੀ ਆ ਜਾਣ ਕਿਉਂਕਿ ਪੇਪਰ ਮੈਂ ਨਹੀਂ ਬਣਾਇਆ। ਤੁਸੀਂ ਕੁਛ ਇੱਕ ਜੋ ਮੈਨੂੰ ਲੱਗਦਾ ਹੈ ਆਪਣੇ ਐਕਸਪੀਰੀਅੰਸ ਦੇ ਆਧਾਰ ਦੇ ਉੱਤੇ ਕਿ ਕੁਛ ਇੱਕ ਇੰਪੋਰਟੈਂਟ ਕੁਐਸਚਨ, ਉਹ ਤੁਸੀਂ ਨੋਟ ਕਰਨੇ ਹੈ, ਜਿੰਨੀ ਤੇਜ਼ ਮੈਂ ਬੋਲ ਰਹੀ ਹਾਂ ਓਨੀ ਤੇਜ਼ ਲਿਖਿਆ ਜਾਂਦਾ ਹੈ ਤਾਂ ਤੁਸੀਂ ਲਿਖ ਲਓ। ਜਿਵੇਂ ਆਪਣਾ ਪਹਿਲਾ ਲੈਸਨ ਹੈਗਾ ਰਾਜਨੀਤਿਕ ਪ੍ਰਣਾਲੀ, ਰਾਜਨੀਤਿਕ ਪ੍ਰਣਾਲੀ ਦੇ ਵਿੱਚੋਂ ਬੱਚੇ ਨਿਵੇਸ਼ ਅਤੇ ਨਿਕਾਸ ਕਾਰਜ, ਉੱਧਰੋਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ 'ਚ ਅੰਤਰ, ਬਹੁਤ ਇੰਪੋਰਟੈਂਟ ਹੈ, ਵੱਡਾ ਕੁਐਸਚਨ ਦੀ ਗੱਲ ਕਰ ਰਹੀ ਹਾਂ, ਸਿਰਫ 6 ਅੰਕਾਂ ਦੇ ਕੁਐਸਚਨ ਦੀ। ਇਸੇ ਤਰੀਕੇ ਨਾਲ ਰਾਜਨੀਤਿਕ ਸਮਾਜੀਕਰਨ ਦੇ ਸਾਧਨ, ਰਾਜਨੀਤਿਕ ਸਮਾਜੀਕਰਨ ਦੇ ਸਾਧਨ ਵੈਰੀ ਇੰਪੋਰਟੈਂਟ ਹੈ, 6 ਅੰਕਾਂ ਦੇ ਵਿੱਚ ਆ ਸਕਦਾ, ਠੀਕ ਹੈ ਜੀ। ਇਸ ਤੋਂ ਇਲਾਵਾ ਬੱਚੇ ਨੌਕਰਸ਼ਾਹੀ ਦੇ ਕੰਮ ਅਤੇ ਭੂਮਿਕਾ ਅਤੇ ਸਥਾਈ ਅਤੇ ਰਾਜਨੀਤਿਕ ਕਾਰਜਪਾਲਿਕਾ ਵਿੱਚ ਅੰਤਰ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਗਾਂਧੀ ਜੀ ਦਾ ਸੱਤਿਆਗ੍ਰਹਿ, ਗਾਂਧੀ ਜੀ ਦੇ ਆਦਰਸ਼ ਰਾਜ, ਵੈਰੀ ਇੰਪੋਰਟੈਂਟ। ਇਸ ਤੋਂ ਇਲਾਵਾ ਕਾਰਲ ਮਾਰਕਸ ਦੇ ਸਿਧਾਂਤ, ਕਾਰਲ ਮਾਰਕਸ ਦੀਆਂ ਕਿਤਾਬਾਂ ਵੀ ਜ਼ਰੂਰ ਕਰਕੇ ਜਾਇਓ, ਆ ਜਾਣਾ ਕੁਐਸਚਨ ਆਏਗਾ ਉੱਤੇ, ਕਾਰਲ ਮਾਰਕਸ ਦੇ ਸਿਧਾਂਤ ਵੈਰੀ ਇੰਪੋਰਟੈਂਟ। ਬਾਲਗ ਮਤ ਅਧਿਕਾਰ, ਇਸਤਰੀ ਮਤ ਅਧਿਕਾਰ, 6 ਅੰਕ ਦੇ ਵਿੱਚ, ਪੱਖ ਵਿੱਚ ਦਲੀਲਾਂ, ਵਿਪੱਖ ਵਿੱਚ ਦਲੀਲਾਂ, ਵੈਰੀ ਇੰਪੋਰਟੈਂਟ। ਇਸ ਤੋਂ ਇਲਾਵਾ ਰਾਜਨੀਤਿਕ ਦਲਾਂ ਦੇ ਕੰਮ, ਹਿੱਤ ਸਮੂਹਾਂ ਦੇ ਕੰਮ ਅਤੇ ਕਾਰਜਵਿਧੀ ਦੇ ਢੰਗ, ਹਿੱਤ ਸਮੂਹਾਂ ਦੇ ਕੰਮ, ਕਾਰਜਵਿਧੀ ਦੇ ਢੰਗ, ਰਾਜਨੀਤਿਕ ਦਲਾਂ ਦੇ ਕੰਮ ਅਤੇ ਭੂਮਿਕਾ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਬੀ ਭਾਗ ਦੇ ਵਿੱਚ ਸੰਸਦੀ ਪ੍ਰਣਾਲੀ ਦੀ ਪਰਿਭਾਸ਼ਾ, ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਵੈਰੀ ਇੰਪੋਰਟੈਂਟ, ਠੀਕ ਹੈ ਜੀ। ਉਸ ਤੋਂ ਇਲਾਵਾ ਨੌਕਰਸ਼ਾਹੀ ਮੈਂ ਤੁਹਾਨੂੰ ਮੇਰੇ ਖਿਆਲ ਦੱਸ ਬੈਠੀ ਹਾਂ, ਨੌਕਰਸ਼ਾਹੀ ਬੱਚੇ ਜ਼ਰੂਰ ਕਰਨਾ। ਇਸ ਤੋਂ ਇਲਾਵਾ ਤੁਸੀਂ ਬੱਚੇ ਭਾਰਤ ਦਾ UN ਵਿੱਚ ਭਾਰਤ ਦੀ ਭੂਮਿਕਾ, ਵੈਰੀ ਇੰਪੋਰਟੈਂਟ, 6 ਅੰਕ ਦਾ। ਭਾਰਤੀ ਵਿਦੇਸ਼ ਨੀਤੀ ਦੀਆਂ 6 ਵਿਸ਼ੇਸ਼ਤਾਵਾਂ, ਵੈਰੀ ਇੰਪੋਰਟੈਂਟ। ਪੰਚਸ਼ੀਲ ਗੁੱਟ ਨਿਰਲੇਪਤਾ ਘੋਲ ਕੇ ਪੀਜੋ, ਆਏਗਾ 100%, ਜੇ ਸਿੱਧਾ ਨਹੀਂ ਆਇਆ 4 'ਚ ਆਏਗਾ, 4 'ਚ ਨਹੀਂ ਆਇਆ 2 'ਚ ਆਏਗਾ, ਵੈਰੀ ਇੰਪੋਰਟੈਂਟ ਹੈ। UNO ਦੇ ਅੰਗ, UNO ਦੀਆਂ ਏਜੰਸੀਆਂ,
यूएनओ दे विच भारत की भूमिका वेरी वेरी इंपोर्टेंट। सार्क का जन्म कदों होया, सार्क का पूरा नाम दसो, वेरी वेरी इंपोर्टेंट। भारत अते पाकिस्तान दे विच संबंधा दे पंज कारण याद कर लो, भारत चीन दे विच संबंधा दे पंज कारण याद करो, श्रीलंका दे विचो तमिल समस्या लिटे दी प्रॉब्लम करके जानी है, बंगलादेश सारा छड़ दो, बंगलादेश दे विच 3 बीघा जमीन का मामला अते शरणार्थियों की समस्या जरूर करनी है, नोट करते जाओ प्लीज़ फास्ट।